ਸਤਿ ਸ਼੍ਰੀ ਅਕਾਲ, ਨਮਸਕਾਰ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਵਿਸ਼ਾਖਾ ਸ਼ਰਮਾ, ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਇਸ ਸ਼ੋਅ ਵਿੱਚ ਅਸੀਂ ਸਿਹਤ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਅਤੇ ਗੰਭੀਰ ਬਿਮਾਰੀਆਂ ਬਾਰੇ ਜਾਗਰੂਕ ਵੀ ਕਰਦੇ ਹਾਂ, ਕਿਉਂਕਿ ਤੰਦਰੁਸਤ ਸਿਹਤ ਦੇ ਨਾਲ ਹੀ ਤੁਸੀਂ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹੋ। ਸੋ ਅੱਜ ਅਸੀਂ ਗੱਲ ਕਰਾਂਗੇ ਡਾਇਬਿਟੀਜ਼ ਬਾਰੇ, ਯਾਨੀ ਕਿ ਸ਼ੂਗਰ ਬਾਰੇ। ਸ਼ੂਗਰ ਦੇ ਮਰੀਜ਼ ਦੇਸ਼ਾਂ ਵਿਦੇਸ਼ਾਂ ਤੱਕ ਲਗਾਤਾਰ ਵੱਧਦੇ ਜਾ ਰਹੇ ਨੇ ਅਤੇ ਹਰੇਕ ਉਮਰ ਦੇ ਲੋਕਾਂ ਵਿੱਚ ਹੀ ਡਾਇਬਿਟੀਜ਼ ਹੋਣ ਦੇ ਮਾਮਲੇ ਲਗਾਤਾਰ ਦੇਖੇ ਜਾ ਰਹੇ ਨੇ। ਇਸ ਲਈ ਚਿੰਤਾਵਾਂ ਵੀ ਵੱਧ ਰਹੀਆਂ ਨੇ। ਅਸੀਂ ਮਾਹਿਰ ਡਾਕਟਰ ਦੇ ਨਾਲ ਵੀ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਵੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ। ਦੁਨੀਆ ਦੇ ਕਈ ਦੇਸ਼ਾਂ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡਾਇਬੀਟੀਜ਼ ਅੱਜ ਕੱਲ ਹਰ ਉਮਰ ਦੇ ਲੋਕਾਂ ਵਿੱਚ ਇਸ ਦੀ ਸ਼ਿਕਾਇਤ ਵੱਧਦੀ ਜਾ ਰਹੀ ਹੈ। ਡਾਇਬੀਟੀਜ਼ ਇੱਕ ਪਾਚਕ ਰੋਗ ਹੈ ਜੋ ਹਾਈ ਬਲੱਡ ਸ਼ੂਗਰ ਦੇ ਕਾਰਨ ਹੁੰਦਾ ਹੈ। ਸ਼ੂਗਰ ਵਿੱਚ ਵਿਅਕਤੀ ਦਾ ਸਰੀਰ ਜਾਂ ਤਾਂ ਲੋੜੀਂਦੀ ਇਨਸੁਲਿਨ ਨਹੀਂ ਬਣਾਉਂਦਾ ਜਾਂ ਉਸ ਇਨਸੁਲਿਨ ਦੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਵਰਤੋਂ ਕਰਨ ਵਿੱਚ ਅਸਮਰੱਥ ਹੁੰਦਾ ਹੈ। ਜੇਕਰ ਸ਼ੂਗਰ ਦਾ ਸਹੀ ਢੰਗ ਦੇ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਹ ਨਸਾਂ, ਅੱਖਾਂ, ਗੁਰਦਿਆਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਾਇਬੀਟੀਜ਼ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਡਾਇਬੀਟੀਜ਼ ਦੀ ਕਿਸਮਾਂ ਵੀ ਨੇ ਜੋ ਹੌਲੀ ਹੌਲੀ ਵੱਧਦੀ ਜਾਂਦੀ ਹੈ। ਡਾਇਬੀਟੀਜ਼ ਦੀਆਂ ਦੋ ਕਿਸਮਾਂ, ਸ਼ੂਗਰ ਦੀਆਂ ਦੋ ਕਿਸਮਾਂ ਨੇ, ਟਾਈਪ 1 ਅਤੇ ਟਾਈਪ 2। ਟਾਈਪ 1 ਡਾਇਬੀਟੀਜ਼ ਵਿੱਚ ਪੈਨਕ੍ਰੀਅਸ ਇਨਸੁਲਿਨ ਪੈਦਾ ਕਰਨਾ ਬੰਦ ਕਰ ਦਿੰਦਾ ਹੈ। ਸਰੀਰ ਵਿੱਚ ਇਸ ਨੂੰ ਲਗਾਤਾਰ ਬਣਾਈ ਰੱਖਣ ਲਈ ਇਨਸੁਲਿਨ ਦੇ ਟੀਕੇ ਦੀ ਲੋੜ ਹੁੰਦੀ ਹੈ। ਟਾਈਪ 2 ਦੇ ਵਿੱਚ ਸਰੀਰ ਪੈਨਕ੍ਰੀਅਸ ਦੁਆਰਾ ਤਿਆਰ ਇਨਸੁਲਿਨ ਦੀ ਵਰਤੋਂ ਕਰਨ ਵਿੱਚ ਅਸਮਰੱਥ ਹੁੰਦਾ ਹੈ। ਟਾਈਪ 2 ਡਾਇਬੀਟੀਜ਼ ਵਿੱਚ ਸਰੀਰ ਦੇ ਸੈੱਲ ਇਨਸੁਲਿਨ ਪ੍ਰਤੀਰੋਧੀ ਬਣ ਜਾਂਦੇ ਨੇ। ਖੂਨ ਵਿੱਚ ਗਲੂਕੋਜ਼ ਦੇ ਸਧਾਰਨ ਪੱਧਰ ਨੂੰ ਬਣਾਈ ਰੱਖਣ ਲਈ ਵਧੇਰੇ ਇਨਸੁਲਿਨ ਦੀ ਜ਼ਰੂਰਤ ਹੁੰਦੀ ਹੈ। ਟਾਈਪ 2 ਡਾਇਬੀਟੀਜ਼ ਨੂੰ ਖੁਰਾਕ, ਕਸਰਤ ਅਤੇ ਨਜ਼ਦੀਕੀ ਨਿਗਰਾਨੀ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਟਾਈਪ 2 ਡਾਇਬੀਟੀਜ਼ ਦੇ ਕੇਸ ਟਾਈਪ 1 ਦੇ ਨਾਲੋਂ ਜ਼ਿਆਦਾ ਦੇਖੇ ਜਾਂਦੇ ਨੇ। ਜੇਕਰ ਇਸ ਦਾ ਸਹੀ ਢੰਗ ਦੇ ਨਾਲ ਪ੍ਰਬੰਧਨ ਨਾ ਕੀਤਾ ਜਾਵੇ ਤਾਂ ਸ਼ੂਗਰ ਨਾਲ ਗੁਰਦੇ, ਦਿਲ ਅਤੇ ਮਹੱਤਵਪੂਰਨ ਅੰਗਾਂ ਦੇ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ। ਇਹੀ ਕਾਰਨ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਨੇ ਪਰ ਖਾਣੇ ਦਾ ਪਰਹੇਜ਼ ਨਹੀਂ ਕਰਦੇ। ਸ਼ੂਗਰ ਵਿੱਚ ਕੀ ਖਾਣਾ ਜ਼ਰੂਰੀ ਹੈ? ਸ਼ੂਗਰ ਦੇ ਮਰੀਜ਼ ਫਾਈਬਰ ਯੁਕਤ ਆਹਾਰ ਦੀ ਵਰਤੋਂ ਜ਼ਿਆਦਾ ਕਰੋ। ਸਬਜ਼ੀਆਂ ਵਿੱਚ ਸ਼ਿਮਲਾ ਮਿਰਚ, ਗਾਜਰ, ਪਾਲਕ, ਬਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੋਰੀ ਅਤੇ ਪਰਵਲ ਖਾਓ। ਦਿਨ ਵਿੱਚ ਇੱਕ ਵਾਰ ਦਾਲ ਅਤੇ ਦਹੀਂ ਦੀ ਵਰਤੋਂ ਜ਼ਰੂਰ ਕਰੋ। ਫਲਾਂ ਵਿੱਚ ਜਾਮੁਨ, ਅਮਰੂਦ, ਪਪੀਤਾ, ਔਲੇ ਅਤੇ ਸੰਤਰੇ ਖਾਓ। ਡਾਇਟ ਵਿੱਚ ਸਾਬਤ ਅਨਾਜ, ਰਾਗੀ, ਫਿੱਕਾ ਦੁੱਧ, ਦਲੀਆ ਅਤੇ ਬ੍ਰਾਊਨ ਰਾਈਸ ਖਾਓ। ਡਾਇਬੀਟੀਜ਼ ਵਿੱਚ ਕਿਸ ਚੀਜ਼ ਤੋਂ ਰਹੀਏ ਦੂਰ? ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਕਈ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ ਅਤੇ ਜ਼ਿਆਦਾ ਮਿੱਠੇ ਫਲ ਨਾ ਖਾਓ। ਇਸ ਤੋਂ ਇਲਾਵਾ ਮਿੱਠੇ ਫਰੂਟ, ਜੂਸ, ਕੋਲਡ ਡਰਿੰਕ, ਕਿਸ਼ਮਿਸ਼, ਪ੍ਰੋਸੈਸਡ ਫੂਡਸ, ਮਸਾਲੇਦਾਰ ਭੋਜਨ, ਚੀਨੀ, ਫੈਟ ਮੀਟ, ਵਾਈਟ ਪਾਸਤਾ, ਸਫੇਦ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸ ਫੈਟ ਅਤੇ ਡਿੱਬਾਬੰਦ ਭੋਜਨ ਤੋਂ ਵੀ ਜ਼ਰੂਰ ਪਰਹੇਜ਼ ਕਰੋ। ਸ਼ੂਗਰ ਦੇ ਮਰੀਜ਼ਾਂ ਲਈ ਦੇਸੀ ਨੁਸਖੇ, ਅਮਰੂਦ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਓ। ਜਾਮੁਨ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਨਾਲ ਲਓ।
ਇਸ ਨਾਲ ਸ਼ੂਗਰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੇਗੀ। ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਓ, ਇਸ ਨਾਲ ਸ਼ੂਗਰ ਦੀ ਸਮੱਸਿਆ ਜੜ੍ਹ ਤੋਂ ਖਤਮ ਹੋਵੇਗੀ। ਸਵੇਰੇ ਖਾਲੀ ਪੇਟ 2 ਤੋਂ 3 ਤੁਲਸੀ ਦੀਆਂ ਪੱਤੀਆਂ ਚਬਾਓ। ਤੁਸੀਂ ਚਾਹੋ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ। ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰੇਗਾ। ਸ਼ੂਗਰ ਦੇ ਮਰੀਜ਼ਾਂ ਲਈ ਗੁੜ ਖਾਣਾ ਵੀ ਸਹੀ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁੜ ਚੀਨੀ ਦੇ ਨਾਲੋਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਪਰ ਸ਼ੂਗਰ ਦੇ ਮਰੀਜ਼ਾਂ ਲਈ ਦੋਵੇਂ ਹੀ ਬਰਾਬਰ ਨੇ। ਗੁੜ ਵਿੱਚ ਬਹੁਤ ਜ਼ਿਆਦਾ ਗਲਾਈਸੈਮਿਕ ਇੰਡੈਕਸ ਵੀ ਹੁੰਦਾ ਜੋ ਕਿ 84.4 ਹੁੰਦਾ, ਜਿਸ ਕਾਰਨ ਇਹ ਸ਼ੂਗਰ ਵਾਲੇ ਲੋਕਾਂ ਲਈ ਠੀਕ ਨਹੀਂ ਹੁੰਦਾ। ਇਸ ਤੋਂ ਇਲਾਵਾ ਯੋਗ ਨਾਲ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25 ਤੋਂ 30 ਮਿੰਟ ਯੋਗ ਕਰਨ ਨਾਲ ਫਾਇਦਾ ਮਿਲੇਗਾ। ਸੋ ਡਾਇਬਿਟੀਜ਼ ਦੇ ਜਿਹੜੇ ਪੇਸ਼ੈਂਟ ਨੇ ਲਗਾਤਾਰ ਵੱਧਦੇ ਜਾ ਰਹੇ ਨੇ ਅਤੇ ਇਸ ਸੰਬੰਧੀ ਤੁਹਾਡੇ ਬਹੁਤ ਸਾਰੇ ਸਵਾਲ ਵੀ ਹੋਣਗੇ ਅਤੇ ਇਹ ਜਾਣਾਂਗੇ ਮਾਹਿਰ ਡਾਕਟਰ ਦੇ ਨਾਲ ਗੱਲਬਾਤ ਕਰਕੇ। ਸਾਡੇ ਨਾਲ ਇਸ ਸੰਬੰਧੀ ਮਾਹਿਰ ਡਾਕਟਰ ਰਿਸ਼ਭ ਕਪੂਰ ਜੁੜੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ 'ਤੇ। ਸੋ ਮੈਂ ਹੀ ਡਾਕਟਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਡਾਇਬਿਟੀਜ਼ ਦੇ ਲਗਾਤਾਰ ਮਰੀਜ਼ ਵੱਧਦੇ ਜਾ ਰਹੇ ਨੇ, ਜਿਸ ਕਾਰਨ ਚਿੰਤਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਅੱਜ ਕੱਲ੍ਹ ਹਰੇਕ ਉਮਰ ਦੇ ਲੋਕ ਸ਼ੂਗਰ ਤੋਂ ਪਰੇਸ਼ਾਨ ਨੇ, ਕਿਉਂਕਿ ਇਹ ਦੇਖਿਆ ਗਿਆ ਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਸ਼ੂਗਰ ਦੇ ਮਾਮਲੇ ਵੱਧਦੇ ਜਾ ਰਹੇ ਨੇ। ਸੋ ਮੈਂ ਹੀ ਡਾਕਟਰ ਸਾਡੇ ਨਾਲ ਜੁੜੇ ਨੇ, ਡਾਕਟਰ ਰਿਸ਼ਭ ਕਪੂਰ ਸਾਡੇ ਨਾਲ ਜੁੜੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਡੇਲੀ ਪੋਸਟ 'ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਜੀ। ਡਾਕਟਰ, ਅੱਜ ਅਸੀਂ ਗੱਲ ਕਰ ਰਹੇ ਹਾਂ ਡਾਇਬਿਟੀਜ਼ ਬਾਰੇ। ਸਾਡੇ ਦਰਸ਼ਕਾਂ ਦੇ ਬਹੁਤ ਸਾਰੇ ਸਵਾਲ ਹੋਣਗੇ, ਕਿਉਂਕਿ ਡਾਇਬਿਟੀਜ਼ ਦੇ ਪੇਸ਼ੈਂਟਸ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਾਂਗੇ ਡਾਕਟਰ ਸਾਹਿਬ ਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਜਿਹੜੀ ਇਹ ਡਾਇਬਿਟੀਜ਼ ਦੇ ਮਾਮਲੇ ਵੱਧ ਰਹੇ ਨੇ, ਇਸ ਪਿੱਛੇ ਕਾਰਨ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਸਾਡਾ ਜਿਹੜਾ ਕਾਰਨ ਹੈ ਡਾਇਬਿਟੀਜ਼ ਦਾ, ਉਹ ਲਾਈਫ ਸਟਾਈਲ ਹੈ ਜਿਹੜਾ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ। ਅਲੋਂਗ ਵਿਦ ਡਾਇਬਿਟੀਜ਼ ਕਾਰਡਿਕ ਬਿਮਾਰੀਆਂ ਵੀ ਕਿੰਨੀ ਵੱਧ ਰਹੀਆਂ, ਅਤੇ ਦੋਨੋਂ ਦਾ ਕੋਰੀਲੇਸ਼ਨ ਹੈ। ਸਾਡਾ ਲਾਈਫ ਸਟਾਈਲ ਅਤੇ ਡਾਇਟ ਬਹੁਤ ਹੀ ਖਰਾਬ ਹੋ ਰਿਹਾ ਟਾਈਮ ਦੇ ਨਾਲ ਨਾਲ। ਵੀ ਆਰ ਅਡੋਪਟਿੰਗ ਵੈਸਟਰਨ ਕਲਚਰ, ਅਤੇ ਉਹਦੇ ਕਰਕੇ ਵੀ ਸਾਡਾ ਲਾਈਫ ਸਟਾਈਲ ਇਜ਼ ਦਾ ਮੇਨ ਪ੍ਰੋਬਲਮ, ਜਿਹਦੇ ਕਰਕੇ ਤੁਸੀਂ ਦੇਖ ਰਹੇ ਹੋ ਇੱਕ ਜੰਪ ਦੇਖ ਰਹੇ ਹੋ ਡਾਇਬਿਟੀਜ਼ ਦੇ। ਓਬੈਸਿਟੀ ਤੁਸੀਂ ਦੇਖ ਰਹੇ ਹੋ, ਓਬੈਸਿਟੀ ਕਿੰਨੀ ਵੱਧ ਗਈ ਹੈ ਸਪੈਸ਼ਲੀ ਨੌਰਥ ਇੰਡੀਅਨ ਪਾਪੂਲੇਸ਼ਨ 'ਚ, ਅਤੇ ਇੰਡੀਆ ਇਜ਼ ਨਾਓ ਕਾਲਡ ਐਜ਼ ਦ ਡਾਇਬਿਟਿਕ ਕੈਪੀਟਲ ਆਫ ਦ ਵਰਲਡ। ਅਤੇ ਵੀ ਹੈਵ ਮੈਕਸੀਮਮ ਅਮਾਊਂਟ ਆਫ ਡਾਇਬਿਟਿਕ ਪੇਸ਼ੈਂਟਸ ਪੂਰੇ ਵਰਲਡ 'ਚ, ਅਤੇ ਉਸਦਾ ਸਭ ਤੋਂ ਜਿਹੜਾ ਮੇਨ ਕਾਰਨ ਹੈ ਉਹ ਸਾਡਾ ਲਾਈਫ ਸਟਾਈਲ ਅਤੇ ਡਾਇਟ ਹੀ ਹੈਗਾ ਜੀ। ਡਾਕਟਰ ਸਾਹਿਬ, ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਲ ਜਾਣਦੇ ਹਾਂ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਨੰਗਲ ਤੋਂ ਬੋਲ ਰਹੇ। ਹਾਂਜੀ, ਕੀ ਸਵਾਲ ਹੈ ਤੁਹਾਡਾ? ਡਾਇਬਟੀਜ਼ ਹੈ ਜੀ ਕੁਝ। ਹਾਂਜੀ, ਹੈਲੋ। ਹਾਂਜੀ, ਤੁਹਾਡੀ ਆਵਾਜ਼ ਪਹੁੰਚ ਪਾ ਰਹੀ ਹੈ। ਹਾਂਜੀ, ਮੈਂ ਡਾਇਬਟੀਜ਼ 2013 ਤੋਂ ਜੀ 2013 ਤੋਂ ਮੇਰੀ ਏਜ ਹੈਗੀ 62 ਇਅਰ, ਤੇ ਪਹਿਲਾਂ ਮੈਂ ਦਵਾਈ ਜਿਹੜੀ ਲੈਂਦਾ ਸੀ ਉਹ ਡਾਕਟਰ ਨੇ ਥੋੜੀ ਚੇਂਜ ਕਰਤੀ ਸੀਗੀ, ਫਿਰ ਮੈਨੂੰ ਕਹਿਤਾ ਵੀ ਤੁਸੀਂ ਇੰਸੂਲਿਨ ਲਗਾਉਣੀ ਜ਼ਰੂਰੀ ਹੈ। ਫਿਰ ਇੰਸੂਲਿਨ ਲਗਾਉਣਾ ਤਾਂ ਮੇਰੀ ਇੱਕਦਮ ਲੋਅ ਹੋ ਜਾਂਦੀ ਹੈ, ਫਿਰ ਕਿਸੇ ਹੋਰ ਡਾਕਟਰ ਦੀ ਸਲਾਹ ਲਈ ਉਹਨਾਂ ਨੇ ਇੰਸੂਲਿਨ ਬੰਦ ਕਰਤੀ,
ਤੇ ਫਿਰ ਉਹਨਾਂ ਨੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਉਹ ਦਵਾਈ ਨਾਲ ਮੈਂ ਖਾਲੀ ਪੇਟ ਮੇਰੀ ਠੀਕ ਰਹਿੰਦੀ ਹੈ, ਰੋਟੀ ਖਾ ਕੇ ਮੇਰੀ ਸ਼ੂਗਰ 250 ਹੋ ਜਾਂਦੀ ਹੈ। ਹੈਲੋ ਜੀ ਜੀ ਡਾਕਟਰ ਸਾਹਿਬ ਸਵਾਲ ਜੀ। ਕਈ ਵਾਰੀ ਇਹ ਸ਼ੂਗਰ ਇੱਕਦਮ ਲੋਅ ਹੋ ਜਾਂਦੀ, ਬਾਥਰੂਮ ਕਰਨ ਉੱਠਾ ਤਾਂ ਇੱਕਦਮ ਹੀ ਡਾਊਨ ਹੋਈ ਜਾਂਦੀ ਹੈ, ਜਾਣ ਕਿ ਡੇਲੀ ਚੈੱਕ ਵੀ ਕਰਦਾ ਰਹਿੰਦਾ ਦੂਜੇ ਤੀਜੇ ਦਿਨ ਮੈਂ ਜੀ। ਠੀਕ ਹੈ, ਤੁਹਾਡਾ ਜਵਾਬ ਜਾਣਦੇ ਹਾਂ ਡਾਕਟਰ ਸਾਹਿਬ ਤੋਂ। ਜੀ ਜੇ ਜਿੰਨਾ ਮੈਨੂੰ ਸਮਝ ਆ ਰਿਹਾ, ਆਪਣਾ ਥੋੜ੍ਹੀ ਕਲੈਰਿਟੀ 'ਚ ਪ੍ਰੋਬਲਮ ਆ ਰਹੀ ਹੈ ਮੈਨੂੰ ਸਮਝਣ ਤੋਂ, ਬਟ ਜਿੰਨਾ ਕੁ ਮੈਨੂੰ ਅੰਡਰਸਟੈਂਡਿੰਗ ਹੋਈ ਹੈ ਇਹਨਾਂ ਦੇ ਕੁਐਸਚਨ ਤੋਂ, ਮੈਨੂੰ ਪਤਾ ਲੱਗ ਰਿਹਾ ਕਿ ਇਹਨਾਂ ਦੀ ਇਹ ਕਹਿ ਰਹੇ ਕਿ ਇਨਸੁਲਿਨ ਦੇ ਕਰਕੇ ਸ਼ੂਗਰ ਬਹੁਤ ਘੱਟ ਜਾਂਦੀ ਹੈ, ਅਤੇ ਜੇ ਓਰਲ ਜਿਹੜੀ ਦਵਾਈਆਂ ਲੈ ਰਹੇ ਹਾਂ ਉਹਦੇ ਨਾਲ ਬਹੁਤ ਵਧੀਆ ਕੰਟਰੋਲ ਨਹੀਂ ਹੋ ਰਿਹਾ, ਖਾਣ ਤੋਂ ਬਾਅਦ ਵੱਧ ਜਾਂਦੀ ਹੈ। ਅਤੇ ਇਹਨਾਂ ਨੂੰ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪਏਗਾ ਕਿ ਇਹਨਾਂ ਦੇ ਇਨਸੁਲਿਨ ਲੈਵਲਸ ਅਤੇ ਇੱਕ ਸੀ ਪੈਪਟਾਈਡ ਲੈਵਲਸ ਹੁੰਦੇ ਆ ਜਿਹੜੇ ਆਪਾਂ ਕਰਾਉਂਦੇ ਹਾਂ, ਦੀਜ਼ ਆਰ ਦਾ ਬੇਸਿਕ ਟੈਸਟ ਜਿਹੜਾ ਆਪਾਂ ਦੇਖਦੇ ਕਿ ਇਹਨਾਂ ਦੀ ਇਨਸੁਲਿਨ ਰਿਕੁਆਇਰਮੈਂਟ ਬੋਡੀ ਦੀ ਕਿੰਨੀ ਕੁ ਹੈਗੀ ਹੈ। ਨਾਲ ਦੇ ਨਾਲ ਸਾਨੂੰ ਬਲੱਡ ਸ਼ੂਗਰ ਲੈਵਲਸ ਇਹਨਾਂ ਦੇ ਕਰਾਉਣੇ ਬਹੁਤ ਜ਼ਰੂਰੀ ਹੈ, ਉਹਦੀ ਰੈਗੂਲਰ ਮੋਨੀਟਰਿੰਗ ਕਰਾਉਣੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਵੀ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਇਹਨਾਂ ਦੀ ਸ਼ੂਗਰ ਕਿੰਨੀ ਕੰਟਰੋਲ ਚੱਲ ਰਹੀ ਹੈ ਕਿੰਨੀ ਨਹੀਂ ਚੱਲ ਰਹੀ। ਅਤੇ ਉਹਦੇ ਲਈ ਸਾਨੂੰ ਬੇਸਿਕ ਡੇਲੀ ਮੋਨੀਟਰਿੰਗ ਕਰਨੀ ਬਹੁਤ ਜ਼ਰੂਰੀ ਹੈ। ਮੈਂ ਇਹਨਾਂ ਨੂੰ ਐਡਵਾਈਸ ਕਰਾਂਗਾ ਕਿ ਤੁਸੀਂ ਆਪਣੀ ਮੋਨੀਟਰਿੰਗ ਪ੍ਰੋਪਰ ਕਰੋ ਸ਼ੂਗਰ ਦੀ, ਅਤੇ ਨਾਲ ਦੇ ਨਾਲ ਆਪਣੇ ਡਾਈਟ 'ਤੇ ਧਿਆਨ ਦਿਓ, ਅਤੇ ਮੈਡੀਕੇਸ਼ਨਸ ਲਈ ਤੁਹਾਨੂੰ ਇੱਕ ਵਾਰੀ ਰਿਵਿਊ ਕਰਾ ਸਕਦੇ ਹੋ, ਅਤੇ ਆਪਣੇ ਜਿਹੜੇ ਵੀ ਡਾਕਟਰ ਹੈ ਉਹਨਾਂ ਨੂੰ ਰਿਵਿਊ ਜ਼ਰੂਰ ਕਰਾਓ, ਜੇ ਮੇਰੇ ਕੋਲ ਆ ਸਕਦੇ ਹੈ ਤਾਂ ਜ਼ਰੂਰ ਆਉਣ, ਅਤੇ ਆਪਾਂ ਇਹਨਾਂ ਦੀ ਦਵਾਈਆਂ ਅਤੇ ਇਨਸੁਲਿਨ ਨੂੰ ਸੈੱਟ ਕਰੀਏ, ਪਰ ਪਹਿਲਾਂ ਮੋਨੀਟਰਿੰਗ ਕਰਨੀ ਅਤੇ ਡਾਈਟ ਕੰਟਰੋਲ ਵਿਦ ਲਾਈਫ ਸਟਾਈਲ ਬਹੁਤ ਜ਼ਰੂਰੀ ਹੈ। ਜੀ ਠੀਕ ਹੈ, ਉਮੀਦ ਕਰਦੇ ਹਾਂ ਸਾਡੇ ਦਰਸ਼ਕ ਨੂੰ ਜ਼ਰੂਰ ਉਹਨਾਂ ਦੇ ਸਵਾਲ ਦਾ ਜਵਾਬ ਮਿਲਿਆ ਹੋਏਗਾ। ਤਾਂ ਦੋ ਕਾਲਰ ਹੋਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਸਰ ਤੋਂ ਬੋਲ ਰਹੇ ਜੀ। ਹਾਂਜੀ ਕੀ ਸਵਾਲ ਹੈ ਤੁਹਾਡਾ? ਮੈਂ ਇਸ ਤਰ੍ਹਾਂ ਕਿ ਮੈਂ ਹਾਰਟ ਪੇਸ਼ੈਂਟ ਹੈ ਜੀ। ਜੀ ਔਰ ਮੇਰੀ ਵਿਦਆਊਟ ਫਾਸਟਿੰਗ ਜਿਹੜੀ 123 ਆਮ ਤੌਰ ਤੇ ਰਹਿੰਦੀ ਹੈ ਜੀ ਸ਼ੂਗਰ ਜੀ, ਕੀ ਮੈਨੂੰ ਮਤਲਬ ਕੋਈ ਮੈਡੀਸਿਨ ਲੈਣੀ ਚਾਹੀਦੀ ਹੈ ਜੀ? ਦੇਖੋ ਮੈਂ ਤੁਹਾਡਾ ਸਵਾਲ ਸਮਝ ਗਿਆ, ਅਤੇ ਪਹਿਲਾਂ ਤਾਂ ਸਾਨੂੰ ਡਿਸਾਈਡ ਕਰਨਾ ਕਿ ਤੁਹਾਡਾ HbA1c ਕਿੰਨਾ ਕੁ ਰਹਿੰਦਾ, ਅਤੇ ਨਾਲ ਦੇ ਨਾਲ ਸਾਨੂੰ ਦੇਖਣਾ ਹੁੰਦਾ ਕਿ ਇਹ ਫਾਸਟਿੰਗ ਬਲੱਡ ਸ਼ੂਗਰ ਇੱਕ ਤੁਸੀਂ ਦੱਸੀ, ਇਹ ਖਾਣੇ ਤੋਂ ਬਾਅਦ ਅਤੇ ਰੈਂਡਮ ਬਲੱਡ ਸ਼ੂਗਰ ਤੁਹਾਡੀ ਕਿੰਨੀ ਕੁ ਆ ਰਹੀ ਹੈ ਉਹਨੂੰ ਵੀ ਸਾਨੂੰ ਚੈੱਕ ਕਰਨਾ ਪਏਗਾ, ਬਿਕੋਜ਼ ਸਾਡਾ ਹੈਗਾ ਕਿ ਓਵਰਆਲ ਐਵਰੇਜ ਸ਼ੂਗਰ ਨੂੰ ਕੰਟਰੋਲ ਕਰਨਾ ਹੈ, ਬਿਕੋਜ਼ ਜਿਸ ਤਰ੍ਹਾਂ ਤੁਹਾਨੂੰ ਕਾਰਡਿਕ ਇੱਕ ਪ੍ਰੋਬਲਮ ਹੈਗੀ ਹੈ ਉਹ ਹੋਰ ਵਧੇ ਨਾ, ਬਿਕੋਜ਼ ਸ਼ੂਗਰ ਕਰਕੇ ਕਾਰਡਿਕ ਬਿਮਾਰੀਆਂ, ਸਟ੍ਰੋਕ, ਕਿਡਨੀ ਅਤੇ ਲਿਵਰ ਵੀ ਅਫੈਕਟ ਹੁੰਦਾ ਹੈ। ਅਤੇ ਇਹ ਸਾਨੂੰ HbA1c ਅਤੇ ਹੋਰ ਰੈਗੂਲਰ ਸ਼ੂਗਰ ਦੀ ਮੋਨੀਟਰਿੰਗ ਕਰਕੇ ਜ਼ਿਆਦਾ ਪਤਾ ਲੱਗੇਗਾ। ਉੱਦਾਂ ਤੁਹਾਡੀ ਫਾਸਟਿੰਗ ਸ਼ੂਗਰ ਜਿਹੜੀ ਆ ਰਹੀ ਹੈ ਉਹ 123 ਦੇ ਲਾਗੇ ਹੈ, ਜੇ ਤਾਂ ਤੁਸੀਂ ਡਾਇਬਿਟਿਕ ਹੈਗੇ ਹੋ ਅਤੇ ਕੋਈ ਓਰਲ ਮੈਡੀਕੇਸ਼ਨ ਲੈ ਰਹੇ ਹੋ ਅਤੇ ਉਸ ਹਿਸਾਬ ਨਾਲ ਤਾਂ ਇਹ ਕੰਟਰੋਲਡ ਹੈ, ਬਟ ਜੇ ਤੁਸੀਂ ਕੋਈ ਮੈਡੀਕੇਸ਼ਨ ਨਹੀਂ ਲੈ ਰਹੇ ਤਾਂ ਇਹ ਫਾਸਟਿੰਗ ਲੈਵਲਸ ਤੋਂ ਜ਼ਿਆਦਾ ਆ ਰਹੀ ਹੈ, ਕਿਉਂਕਿ ਸਾਨੂੰ ਨੋਰਮਲ ਫਾਸਟਿੰਗ ਲੈਵਲ 70 to 110 ਤੱਕ ਹੁੰਦਾ ਹੈ ਬਲੱਡ ਸ਼ੂਗਰ ਦਾ,
ਖਾਲੀ ਪੇਟ ਜਿਹੜਾ ਆਪਾਂ ਕਹਿੰਦੇ ਹਾਂ, ਖਾਲੀ ਪੇਟ ਬਲੱਡ ਸ਼ੂਗਰ 70 to 110 ਹੁੰਦਾ ਹੈ। ਜੇ ਤੁਹਾਡਾ 123 ਤੱਕ ਆ ਰਿਹਾ ਤਾਂ ਓਬਵੀਅਸਲੀ ਉਹ ਕ੍ਰੋਸ ਕਰ ਰਿਹਾ ਤੁਹਾਡੇ ਨੋਰਮਲ ਲੈਵਲਸ ਤੋਂ। ਹੋਰ ਕਾਲਰ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ, ਉਹਨਾਂ ਦਾ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਨਥੜੀ ਤੋਂ ਬੋਲਦਾ, ਪ੍ਰਤਾਪ ਸਿੰਘ ਜ਼ਿਲ੍ਹਾ ਮਰੇਸਕੋਟ ਦਾ। ਤੇ ਮੈਂ ਤੁਹਾਡੀ ਟੀਮ ਦਾ ਬਹੁਤ ਧੰਨਵਾਦੀ ਹਾਂ ਪਹਿਲਾਂ ਦਾ ਸਾਰਿਆਂ ਦਾ ਹੀ, ਦਿੱਲੀ ਪੋਸਟ ਦਾ, ਕਿਉਂਕਿ ਤੁਸੀਂ ਡਾਕਟਰ ਸਾਹਿਬ ਤੋਂ 200 ਰੁਪਏ ਦਾ 100 ਰੁਪਏ ਤੋਂ ਪਰਚੀ ਕਿਸੇ ਡਾਕਟਰ ਦੀ ਘੱਟ ਨਹੀਂ ਹੈਗੀ ਜਿਹੜੀ ਸਾਨੂੰ ਘਰੇ ਬੈਠਿਆਂ ਤੁਸੀਂ ਇਲਾਜ ਦੱਸਦੇ ਹੋ। ਹੁਣ ਮੇਰਾ ਸਵਾਲ ਇਹ ਆ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਮੇਰੇ ਇੱਕ ਦੋਸਤ ਆ ਸੁਨਿਆਰਾ ਨਾਮ ਮੁੰਡਾ, ਉਹ ਬੇਚਾਰਾ ਕੋਈ ਮਿੱਠੀ ਚੀਜ਼ ਨਹੀਂ ਖਾਂਦਾ, ਮੇਰੇ ਕੋਲ ਰੋਜ਼ਾਨਾ ਆਉਂਦਾ ਵੀ ਆ ਜਿਹੜਾ ਕਰੇਲੇ ਦਾ ਜੂਸ ਆ ਤੇ ਜਾਮਣ ਦੀਆਂ ਗੁਠਲੀਆਂ ਨੇ, ਇਹ ਕਿਵੇਂ ਕਿਵੇਂ ਇਹਦੇ ਬਾਰੇ ਮੈਨੂੰ ਜਾਣਕਾਰੀ ਦੱਸੋ, ਮੈਂ ਇਹਨੂੰ ਦੱਸ ਦੂੰ ਬਸ, ਇਹ ਨਹੀਂ ਧੰਨਵਾਦ ਜੀ ਬਸ। ਨਹੀਂ ਤੁਸੀਂ ਉਦਾਂ ਡਾਇਬਟਿਕ ਹੈਗੇ ਹੋ, ਸ਼ੂਗਰ ਹੈਗੀ ਹੈ ਪ੍ਰੋਬਲਮ ਤੁਹਾਨੂੰ ਕਿ ਨਹੀਂ ਹੈਗੀ? ਡਾਕਟਰ ਸਾਹਿਬ ਉਹਨਾਂ ਦਾ ਕਾਲਰ ਦਾ ਸਵਾਲ ਸੀ ਕਿ ਉਹਨਾਂ ਦੇ ਦੋਸਤ ਨੂੰ ਜਿਹੜੀ ਇਹ ਸ਼ਿਕਾਇਤ ਰਹਿੰਦੀ ਹੈ ਤਾਂ ਘਰੇਲੂ ਨੁਸਖੇ ਬਾਰੇ ਜ਼ਿਆਦਾਤਰ ਜਾਣਨਾ ਚਾਹੁੰਦੇ ਨੇ ਕਿ ਜਾਮਨ ਦੀ ਗੁਠਲੀ ਜੋ ਕਿ ਬਹੁਤ ਅੱਛਾ ਇੱਕ ਰਾਜ਼ ਹੈ ਕਿ ਸ਼ੂਗਰ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ, ਤਾਂ ਉਸ ਬਾਰੇ ਉਹ ਜਾਣਨਾ ਚਾਹੁੰਦੇ ਨੇ ਕਿ ਇਸ ਨੂੰ ਕਿਵੇਂ ਲਿਆ ਜਾਵੇ। ਬਿਲਕੁਲ ਬਿਲਕੁਲ, ਇਹ ਜਿਹੜਾ ਵੀ ਇਹਨਾਂ ਨੇ ਗੱਲ ਕਹੀ ਕਿ ਜਾਮੁਨ ਦੀ ਗੁਠਲੀ, ਈਵਨ ਜਾਮੁਨ ਇਟਸੈਲਫ ਤੇ ਕਰੇਲੇ ਦਾ ਜੂਸ, ਇਹ ਦੀਜ਼ ਆਰ ਵੈਰੀ ਬੈਨੀਫਿਸ਼ੀਅਲ ਹੈ, ਬਹੁਤ ਵਧੀਆ ਹੋਮ ਰੈਮਿਡੀਜ਼ ਹੈ ਸ਼ੂਗਰ ਨੂੰ ਕੰਟਰੋਲ ਕਰਨ ਲਈ। ਬਾਕੀ ਨਾਲ ਦੇ ਨਾਲ ਤੁਸੀਂ ਜਿੱਦਾਂ ਆਪਾਂ ਜਦੋਂ ਇੰਟਰਵਿਊ ਸ਼ੁਰੂ ਕਰਨ ਤਾਂ ਪਹਿਲਾਂ ਸਾਰਾ ਡਾਇਟ ਬਾਰੇ ਦੱਸਿਆ ਕਿ ਕਿਹੜੇ ਫੂਡ ਅਵੋਇਡ ਕਰਨੇ ਹੈ, ਕਿਹੜੇ ਫੂਡ ਲੈਣੇ ਚਾਹੀਦੇ ਹੈ, ਉਸ ਹਿਸਾਬ ਨਾਲ ਜੇ ਆਪਾਂ ਡਾਇਟ ਨੂੰ ਕੰਟਰੋਲ ਕਰੀਏ ਤਾਂ ਬਿਲਕੁਲ ਆਪਾਂ ਸ਼ੂਗਰ ਨੂੰ ਘਰ ਦੇ ਨੁਸਖਿਆਂ ਨਾਲ, ਹੋਮ ਰੈਮਿਡੀਜ਼ ਨਾਲ, ਐਕਸਰਸਾਈਜ਼ ਨਾਲ ਬਿਲਕੁਲ ਕੰਟਰੋਲ ਕਰ ਸਕਦੇ ਹਾਂ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਜਾਣਾਂਗੇ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਜੀ ਫਿਰੋਜ਼ਪੁਰ ਦਾ, ਅਮਰਜੀਤ ਰਾਏ ਮੇਰਾ ਨਾਮ ਹੈ। ਹਾਂਜੀ ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹੈ ਜੀ, ਮੇਰੀ ਕਦੀ ਤਾਂ 200 ਆ ਜਾਂਦੀ ਸ਼ੂਗਰ, ਕਦੀ 140, ਮਤਲਬ ਮੈਂ ਦਵਾਈ ਦਵੂਈ ਕੋਈ ਨਹੀਂ ਖਾਂਦਾ, ਸੈਰ ਹੀ ਕਰਦਾ ਸਿਰਫ ਜੀ। ਜੀ ਡਾਕਟਰ ਸਾਹਿਬ ਉਹਨਾਂ ਦਾ ਸਵਾਲ ਹੈ ਕਿ ਸ਼ੂਗਰ ਉਹਨਾਂ ਦੀ ਜ਼ਰੂਰ ਜਿਹੜੀ ਹੈ ਵੱਧਦੀ ਘੱਟਦੀ ਹੈ ਅਤੇ ਦਵਾਈ ਉਹ ਨਹੀਂ ਲੈ ਰਹੇ। ਦੇਖੋ ਸ਼ੂਗਰ ਲਈ ਪਹਿਲਾਂ ਉਹੀ ਮੈਂ ਬੇਸਿਕ ਸਾਰਿਆਂ ਨੂੰ ਇੱਕ ਹੀ ਚੀਜ਼ ਦੱਸਾਂਗਾ, ਸਾਰੇ ਕਾਲਰਸ ਅਤੇ ਸਾਰੇ ਜੋ ਵੀ ਲੋਕ ਦੇਖ ਰਹੇ ਹੈ ਕਿ ਸਾਨੂੰ ਬੇਸਿਕ ਜਿਹੜਾ ਟੈਸਟ ਹੁੰਦਾ ਆਪਾਂ ਇਹਨੂੰ ਕਹਿੰਦੇ HbA1c, ਜਿਹੜਾ ਐਵਰੇਜ ਸ਼ੂਗਰ ਦੱਸਦਾ। ਰੈਗੂਲਰ ਮੋਨੀਟਰਿੰਗ ਕਰਨਾ ਬਹੁਤ ਵਧੀਆ ਹੈ, ਪਰ HbA1c ਨਾਲ ਆਪਾਂ ਬੇਸਿਕਲੀ ਡਿਸਾਈਡ ਕਰਨੇ ਆ ਕਿ ਸਾਨੂੰ ਮੈਡੀਕੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ, ਨਹੀਂ ਕਰਨੀ ਚਾਹੀਦੀ, ਕਿੰਨੇ ਲੈਵਲ ਦੀ ਸ਼ੁਰੂ ਕਰਨੀ ਹੈ। ਉਹ HbA1c ਇਜ਼ ਦਾ ਬੇਸਿਕ ਟੈਸਟ ਜਿਹੜਾ ਆਪਾਂ ਕਰਾਉਂਦੇ ਹਾਂ। ਅਤੇ ਜਿਹੜਾ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸ਼ੂਗਰ 140, 200, 150 ਤੱਕ ਰਹਿੰਦੀ ਹੈ, ਉਹ ਆਪਾਂ HbA1c ਨਾਲ ਡਿਸਾਈਡ ਕਰਾਂਗੇ ਕਿ ਇਹਨਾਂ ਦੀ ਮੈਡੀਕੇਸ਼ਨ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ। ਜੇ ਤਾਂ 200 ਤੱਕ ਵੀ ਇਹਨਾਂ ਦੀ ਐਵਰੇਜ ਸਾਰੀ ਰਹਿ ਰਹੀ ਹੈ ਅਤੇ ਇਹ ਜੇ ਹੋਮ ਰੈਮਿਡੀਜ਼ ਨਾਲ ਅਤੇ ਬੇਸਿਕ ਮੈਡੀਕੇਸ਼ਨ ਨਾਲ ਜੇ ਕੰਟਰੋਲ ਕਰ ਸਕਦੇ ਹਾਂ, ਦੈਟ ਵੁੱਡ ਬੀ ਵੈਰੀ ਗੁੱਡ ਫੋਰ ਹਿਮ। ਬਟ ਪਹਿਲਾਂ ਸਾਨੂੰ ਰੂਟੀਨ ਇਹਨਾਂ ਦੇ ਬਲੱਡ ਟੈਸਟ ਅਤੇ ਅਲੋਂਗ ਵਿਦ HbA1c ਕਰਾਉਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਆਪਾਂ ਡਿਸਾਈਡ ਕਰਾਂਗੇ ਕਿ ਸਾਨੂੰ ਇਹਨਾਂ ਦੀ ਓਰਲ ਮੈਡੀਕੇਸ਼ਨ ਕਿਹੜੀ ਸ਼ੁਰੂ ਕਰਨੀ ਚਾਹੀਦੀ ਹੈ।
ਜੀ ਠੀਕ ਹੈ, ਬਿਲਕੁਲ ਡਾਕਟਰ ਸਾਹਿਬ, ਬਹੁਤ ਸਾਰੇ ਪੇਸ਼ੈਂਟਸ ਅਜਿਹੇ ਨੇ ਜਿਨ੍ਹਾਂ ਨੂੰ ਦੀ ਸ਼ੂਗਰ ਵੱਧਦੀ ਵੀ ਹੈ ਘੱਟਦੀ ਵੀ ਹੈ, ਲੇਕਿਨ ਫਿਰ ਵੀ ਉਹ ਅਣਗਹਿਲੀ ਵਰਤਦੇ ਨੇ, ਨਾ ਤਾਂ ਦਵਾਈ ਲੈਂਦੇ ਨੇ ਨਾ ਹੀ ਫਿਰ ਮੋਨੀਟਰਿੰਗ ਕਰਦੇ ਨੇ, ਉਸ ਕੇਸ ਦੇ ਵਿੱਚ ਕਿੰਨਾ ਕੁ ਖਤਰਾ ਹੋ ਸਕਦਾ? ਦੇਖੋ ਉਹੀ ਹਮ ਆਪਾਂ ਫਿਰ ਗੱਲ ਕਰਾਂਗੇ ਇਹਦੀ ਕੰਪਲੀਕੇਸ਼ਨਸ ਬਾਰੇ, ਜਿਹੜਾ ਮੈਂ ਹੁਣ ਥੋੜ੍ਹਾ ਬਹੁਤਾ ਬਰੀਫਲੀ ਦੱਸਿਆ। ਸ਼ੂਗਰ ਦੀ ਬਿਮਾਰੀ ਜ਼ਿਆਦਾਤਰ ਸਾਰੇ ਹੀ ਕੰਪਲੀਕੇਟਿਡ ਕਰੋਨਿਕ ਬਿਮਾਰੀਆਂ ਨਾਲ ਐਸੋਸੀਏਟਿਡ ਹੈ, ਜਿੱਦਾਂ ਸਟ੍ਰੋਕ, ਹਾਰਟ ਅਟੈਕਸ, ਕਿਡਨੀ ਦੀ ਬਿਮਾਰੀਆਂ। ਜੇ ਕਿਡਨੀ ਜ਼ਿਆਦਾ ਖਰਾਬ ਹੋ ਜਾਏਗੀ ਤਾਂ ਪੇਸ਼ੈਂਟ ਡਾਇਲਿਸਿਸ 'ਤੇ ਆਉਣਗੇ। ਲਿਵਰ, ਫੈਟੀ ਲਿਵਰ, ਲਿਵਰ ਦੀ ਹੋਰ ਫਰਦਰ ਇੰਜਰੀਜ਼, ਲਿਵਰ ਫੇਲੀਅਰ, ਨਸਾਂ ਦੀ ਬਿਮਾਰੀਆਂ, ਮਾਈਕਰੋਵੈਸਕੂਲਰ, ਮੈਕਰੋਵੈਸਕੂਲਰ ਚੇਂਜਿਸ, ਉਹਦੇ ਕਰਕੇ ਫਿਰ ਇਹਨਾਂ ਦੀ ਨਸਾਂ 'ਚ ਪ੍ਰੋਬਲਮ ਆ ਸਕਦੀ ਹੈ, ਬਲੱਡ ਫਲੋ 'ਚ ਪ੍ਰੋਬਲਮ ਆ ਸਕਦੀ ਹੈ, ਇਹਨਾਂ ਦਾ ਜੇ ਚੋਟ ਲੱਗੀ ਉਹਨਾਂ ਦੀ ਹੀਲਿੰਗ ਨਹੀਂ ਹੋਏਗੀ। ਇਹ ਬੇਸਿਕ ਪ੍ਰੋਬਲਮਸ ਕੰਪਲੀਕੇਸ਼ਨਸ ਹੈਗੀ ਹੈ ਜਿਹੜੀ ਇਹਦੇ ਨਾਲ ਆਉਂਦੀ ਹੈ, ਐਸੋਸੀਏਟਿਡ ਹੈਗੀ ਹੈ। ਅਤੇ ਇਸ ਕਰਕੇ ਸ਼ੂਗਰ ਦੀ ਮੋਨੀਟਰਿੰਗ, ਉਹਨੂੰ ਕੰਟਰੋਲ ਕਰਨਾ, ਆਪਾਂ ਜਸਟ ਸ਼ੂਗਰ ਨੂੰ ਸ਼ੂਗਰ ਕਰਕੇ ਕੰਟਰੋਲ ਨਹੀਂ ਕਰ ਰਹੇ, ਆਪਾਂ ਔਰਗਨ ਡੈਮੇਜ ਨੂੰ ਬਚਾ ਰਹੇ। ਵੀ ਆਰ ਪ੍ਰੀਵੈਂਟਿੰਗ ਐਨੀ ਫਰਦਰ ਡੈਮੇਜ ਟੂ ਅਦਰ ਔਰਗਨਸ, ਇਹ ਸਾਡਾ ਬੇਸਿਕ ਏਮ ਹੈਗਾ, ਟੂ ਪ੍ਰੀਵੈਂਟ ਫਰਦਰ ਕੰਪਲੀਕੇਸ਼ਨ, ਟੂ ਪ੍ਰੀਵੈਂਟ ਕਾਰਡਿਕ ਇਵੈਂਟਸ, ਟੂ ਪ੍ਰੀਵੈਂਟ ਫਰਦਰ ਡਿਟੀਰੋਰੇਸ਼ਨ ਆਫ ਦਾ ਔਰਗਨਸ। ਅਤੇ ਮੇਨ ਸਾਡਾ ਮਕਸਦ ਜਿਹੜਾ ਹੁੰਦਾ ਹੈ ਕੰਪਲੀਕੇਸ਼ਨਸ ਨੂੰ ਬਚਾਉਣਾ ਹੀ ਸਾਡਾ ਮੇਨ, ਇਹਦੇ 'ਚ ਪ੍ਰਾਇਓਰਿਟੀ ਹੁੰਦੀ ਹੈ ਸ਼ੂਗਰ ਨੂੰ ਕੰਟਰੋਲ ਕਰਨ ਦਾ, ਬੈਨੀਫਿਟ ਇਹੀ ਹੁੰਦਾ। ਹੁਣ ਸਾਡੇ ਕੋਲ ਬਹੁਤ ਵਧੀਆ ਮੈਡੀਕੇਸ਼ਨਸ ਵੀ ਹੈਗੀਆਂ, ਪਰ ਮੋਰ ਦੈਨ ਮੈਡੀਕੇਸ਼ਨ ਆਈ ਆਲਵੇਜ਼ ਟੈਲ ਮਾਈ ਪੇਸ਼ੈਂਟਸ ਕਿ ਇਹ ਇੱਕ ਲਾਈਫ ਸਟਾਈਲ ਬਿਮਾਰੀ ਹੈ। ਲਾਈਫ ਸਟਾਈਲ ਬਿਮਾਰੀ ਆਪਾਂ ਆਪਣੇ ਗੁੱਡ ਫੂਡ ਹੈਬਿਟਸ, ਐਕਸਰਸਾਈਜ਼ ਦੇ ਨਾਲ ਬਿਲਕੁਲ ਕੰਟਰੋਲ ਕਰ ਸਕਦੇ ਹਾਂ। ਪੋਜ਼ਿਟਿਵ ਸੋਚਣਾ, ਮੈਡੀਟੇਸ਼ਨ ਕਰਨਾ, ਯੋਗਾ ਕਰਨਾ, ਇਹ ਸਾਰੀ ਚੀਜ਼ ਵੀ ਬਹੁਤ ਹੈਲਪ ਕਰਦੀ ਹੈ ਇਹਦੇ 'ਚ, ਬਿਕੋਜ਼ ਜਿਹੜੇ ਸਟ੍ਰੈਸ ਹਾਰਮੋਨ ਹੈਗੇ, ਜਿਹੜੀ ਵੀ ਮੈਂਟਲ ਸਟ੍ਰੈਸ ਵੀ ਸਾਡੇ ਸ਼ੂਗਰ ਨੂੰ ਵਧਾਉਂਦੀ ਹੈ, ਅਤੇ ਦੈਟ ਕੈਨ ਆਲਸੋ ਲੀਡ ਟੂ ਫਰਦਰ ਕੰਪਲੀਕੇਸ਼ਨਸ। ਅਤੇ ਇਹਦੇ ਲਈ ਸਾਨੂੰ ਮੈਡੀਟੇਸ਼ਨ ਕਰਨਾ, ਯੋਗਾ ਕਰਨਾ, ਐਕਸਰਸਾਈਜ਼ ਕਰਨਾ, ਅੱਛਾ ਖਾਣਾ ਖਾਣਾ, ਡਾਇਟ ਪ੍ਰੋਪਰ ਲੈਣਾ, ਇਹ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਸਾਡੇ ਨਾਲ ਤਿੰਨ ਕਾਲਰ ਜੁੜੇ ਨੇ, ਉਹਨਾਂ ਦੇ ਸਵਾਲ ਜਾਣਦੇ ਆ। ਸਭ ਤੋਂ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਜੀ ਮੈਮ, ਹਾਂਜੀ ਹਾਂਜੀ, ਕੀ ਸਵਾਲ ਮੈਮ ਤੁਹਾਡਾ? ਤੁਸੀਂ ਆਪਣਾ ਸਵਾਲ ਰਿਪੀਟ ਕਰ ਸਕਦੇ ਹੋ? ਫਾਸਟਿੰਗ ਸ਼ੂਗਰ ਹੈ 245। ਠੀਕ ਹੈ, ਤੁਸੀਂ ਬਣੇ ਰਹੋ ਸਾਡੇ ਨਾਲ, ਤੁਹਾਡਾ ਜਵਾਬ ਅਸੀਂ ਜ਼ਰੂਰ ਦੇਵਾਂਗੇ। ਇੱਕ ਹੋਰ ਕਾਲਰ ਦਾ ਸਵਾਲ ਜਾਣਦੇ ਆ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹੈਲੋ, ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਮੈਂ ਜੀ ਅਵਤਾਰ ਸਿੰਘ ਸੰਗਰੂਰ ਤੋਂ, ਪੱਤਰਕਾਰ ਜੀ। ਜੀ ਕੀ ਸਵਾਲ ਹੈ ਤੁਹਾਡਾ? ਮੇਰਾ ਇਹ ਹੈ ਜੀ, ਮੇਰੀ ਉਮਰ 70 ਸਾਲ ਦੇ ਕਰੀਬ ਹੈ ਜੀ, ਮੈਨੂੰ ਸ਼ੂਗਰ ਹੈ ਜਿਹੜਾ ਨਰਨੇ ਕਾਲਜੇ ਹੈਗਾ ਜੀ 140-150 ਦੇ ਕਰੀਬ, ਤੇ ਖਾ ਪੀ ਕੇ ਹੈਗਾ 200 ਦੇ ਕਰੀਬ ਜੀ, ਰੋਟੀ ਖਾ ਕੇ। ਜੀ ਠੀਕ ਹੈ ਠੀਕ ਹੈ, ਡਾਕਟਰ ਸਾਹਿਬ ਕਾਲਰਸ ਦੇ ਵੱਲੋਂ ਸਵਾਲ ਪੁੱਛੇ ਗਏ ਨੇ, ਇਹਨਾਂ ਦਾ ਕੀ ਜਵਾਬ ਹੈ? ਕਿਉਂਕਿ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਦੋਂ ਕਦੋਂ ਕਿੰਨੀ ਸ਼ੂਗਰ ਮੋਨੀਟਰ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ। ਜੀ ਅਤੇ ਜਿਹੜਾ ਫਸਟ ਕਾਲਰ ਦਾ ਸਵਾਲ ਸੀ ਉਹ ਮੈਨੂੰ ਸਮਝ ਨਹੀਂ ਆਇਆ, ਕੈਨ ਯੂ ਰਿਪੀਟ ਇਟ?
ਜੀ ਉਹਨਾਂ ਦਾ ਸਵਾਲ ਸੀ ਕਿ ਕਾਫੀ ਸਮੇਂ ਤੋਂ ਜਿਹੜੀ ਉਹਨਾਂ ਨੂੰ ਸ਼ੂਗਰ ਹੈ ਤੇ 245 ਇਸ ਦੇ ਕਰੀਬ ਉਹਨਾਂ ਦਾ ਸਵਾਲ ਸੀਗਾ ਕਿ ਇੰਨੀ ਮੋਨੀਟਰ ਕੀਤੀ ਜਾ ਰਹੀ ਹੈ ਸ਼ੂਗਰ ਕਾਫੀ ਜ਼ਿਆਦਾ ਜਿਹੜੀ ਹੈ। ਜੀ ਜੀ ਤੇ ਜਿੱਦਾਂ ਸਾਨੂੰ ਪਹਿਲੇ ਕਾਲਰ ਨੇ ਦੱਸਿਆ ਉਹਨਾਂ ਦੀ ਜਿਹੜੀ ਰੈਂਡਮ ਬਲੱਡ ਸ਼ੂਗਰ ਹੈ ਉਹ 245 ਦੇ ਕਰੀਬ ਚੱਲ ਰਹੀ ਹੈ ਜਿਹੜੀ ਨੋਰਮਲ ਲੈਵਲ ਤੋਂ ਕਾਫੀ ਵੱਧ ਹੈ। ਜਨਰਲੀ ਸਾਡਾ ਜਿਹੜੇ ਪੇਸ਼ੈਂਟ ਦਾ ਸ਼ੂਗਰ ਅਨਕੰਟਰੋਲਡ ਰਹਿੰਦਾ ਸਾਡਾ ਫਸਟ ਸਟੈਪ ਤੇ ਇਹੀ ਹੁੰਦਾ ਹੈ ਕਿ ਉਹਨਾਂ ਦਾ ਪਹਿਲਾਂ ਮੋਨੀਟਰਿੰਗ ਰੈਗੂਲਰ ਕਰੀਏ, ਫਾਸਟਿੰਗ ਬਲੱਡ ਸ਼ੂਗਰ, ਖਾਣੇ ਤੋਂ ਬਾਅਦ ਵਾਲੀ ਪੋਸਟਪ੍ਰੈਂਡੀਅਲ ਬਲੱਡ ਸ਼ੂਗਰ ਤੇ ਇੱਕ ਆਪਾਂ ਬਿਫੋਰ ਸਲੀਪ ਸ਼ੂਗਰ ਚੈੱਕ ਕਰ ਸਕਦੇ ਹਾਂ। ਇਹਦੇ ਨਾਲ ਬੇਸਿਕ ਸਾਨੂੰ ਰਾਊਂਡ ਆਫ ਪਤਾ ਲੱਗ ਜਾਂਦਾ ਹੈ ਕਿ ਸ਼ੂਗਰ ਦੇ ਲੈਵਲਸ ਕਿਸ ਤਰ੍ਹਾਂ ਚੱਲ ਰਹੇ ਆ ਓਵਰਲੀ ਪੂਰੇ ਡੇ 'ਤੇ ਪੇਸ਼ੈਂਟ ਦੇ, ਅਤੇ ਉਸ ਹਿਸਾਬ ਨਾਲ ਵੀ ਕੈਨ ਡਿਸਾਈਡ ਕਿ ਕਿਹੜੀ ਮੈਡੀਕੇਸ਼ਨ ਇਹਨਾਂ ਨੂੰ ਸੂਟ ਕਰ ਰਹੀ ਹੈ। ਬਟ 245 ਜਿਹੜਾ ਇਹਨਾਂ ਨੇ ਦੱਸਿਆ ਉਹ ਲੈਵਲ ਕਾਫੀ ਜ਼ਿਆਦਾ ਹੈ ਜੇ ਰੈਂਡਮ ਲੈਵਲ ਵੀ ਆ ਰਿਹਾ। ਇਹਨਾਂ ਨੂੰ ਫਰਦਰ ਆਪਣੀ HbA1c ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀ ਐਵਰੇਜ HbA1c ਕਰਾਉਣਾ ਬਹੁਤ ਜ਼ਰੂਰੀ ਹੈ, ਹੋਰ ਫਰਦਰ ਮੋਨੀਟਰਿੰਗ ਜ਼ਰੂਰੀ ਹੈ, ਨਾਲ ਦੇ ਨਾਲ ਇਹਨਾਂ ਦੀ ਮੈਡੀਕੇਸ਼ਨ 'ਚ ਜੋ ਵੀ ਹੈ ਇਨਕਰੀਜ਼ ਕਰਨਾ ਜ਼ਰੂਰੀ ਹੈ ਅਤੇ ਇਹਨੂੰ ਕੰਟਰੋਲ ਕਰਕੇ ਐਟਲੀਸਟ 152 ਥੱਲੇ ਲੈ ਕੇ ਆਈਏ ਰੈਂਡਮ ਬਲੱਡ ਸ਼ੂਗਰ, ਤਾਂ ਜਾ ਕੇ ਵੀ ਕੈਨ ਫੀਲ ਸੈਟਿਸਫਾਈਡ ਇਨ ਹਰ ਕੇਸ। ਤੇ ਦੂਸਰੇ ਕਾਲਰ ਦਾ ਸਵਾਲ ਸੀ ਡਾਕਟਰ ਸਾਹਿਬ ਕਿ ਖਾਲੀ ਪੇਟ ਸ਼ੂਗਰ ਜਿਹੜੀ ਹੈ ਉਹ ਘੱਟ ਹੈ ਹੁੰਦੀ ਹੈ, ਨੋਰਮਲ ਹੁੰਦੀ ਹੈ, ਲੇਕਿਨ ਖਾਣਾ ਖਾਣ ਤੋਂ ਬਾਅਦ ਸ਼ੂਗਰ ਵੱਧ ਜਾਂਦੀ ਹੈ, ਇਸ ਦਾ ਕੀ ਕਾਰਨ? ਤੋ ਉਹੀ ਮੈਂ ਫਿਰ ਤੁਹਾਨੂੰ ਦੱਸਾਂਗਾ ਕਿ ਸ਼ੂਗਰ ਆਪਾਂ ਜਿਹੜੀ ਮੋਨੀਟਰਿੰਗ ਵੀ ਕਰਵਾਉਂਦੇ ਹਾਂ ਉਹ ਕਿਉਂ ਕਰਵਾਉਂਦੇ ਹਾਂ। ਕਈ ਲੋਕਾਂ ਦੀ ਸ਼ੂਗਰ ਖਾਲੀ ਪੇਟ ਵੱਧਦੀ ਹੈ, ਕਈ ਲੋਕਾਂ ਦੀ ਸ਼ੂਗਰ ਖਾਣਾ ਖਾਣ ਤੋਂ ਬਾਅਦ ਵੱਧਦੀ ਹੈ, ਕਈ ਲੋਕਾਂ ਦੀ ਰੈਂਡਮਲੀ ਵੱਧਦੀ ਹੈ, ਅਤੇ ਇਹੀ ਕਾਰਨ ਹੁੰਦਾ ਆਪਾਂ ਉਹਨਾਂ ਨੂੰ ਕਹਿੰਦੇ ਕਿ ਇਹ ਪ੍ਰੋਪਰ ਮੋਨੀਟਰਿੰਗ ਕਰੋ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਹੜੀ ਸ਼ੂਗਰ ਤੁਹਾਡੀ ਕਦੋਂ ਵੱਧਦੀ ਹੈ, ਅਤੇ ਮੈਡੀਕੇਸ਼ਨ ਵੀ ਉਸ ਹਿਸਾਬ ਨਾਲ ਆਪਾਂ ਪੁੱਟ ਕਰ ਸਕਦੇ ਹਾਂ ਪੇਸ਼ੈਂਟ ਨੂੰ, ਜਿਹੜੀ ਕੁਝ ਖਾਣਾ ਖਾਣੇ ਤੋਂ ਬਾਅਦ ਕੁਝ ਖਾਲੀ ਪੇਟ ਜ਼ਿਆਦਾ ਹੈਲਪ ਕਰਨਗੀਆਂ, ਕੁਝ ਖਾਣਾ ਖਾਣੇ ਤੋਂ ਬਾਅਦ ਐਕਸਟਰਾ ਸ਼ੂਗਰ ਨੂੰ ਕੰਟਰੋਲ ਕਰਨਗੀਆਂ, ਅਤੇ ਉਹ ਫਿਰ ਆਪਾਂ ਉਹਦੇ ਨਾਲ ਹਿਸਾਬ ਨਾਲ ਡਿਸਾਈਡ ਕਰਦੇ ਹਾਂ। ਜਿਹੜੇ ਇਹਨਾਂ ਨੇ ਸੈਕਿੰਡ ਕਾਲਰ ਨੇ ਦੱਸਿਆ ਕਿ ਉਹਨਾਂ ਦੇ ਖਾਣਾ ਖਾਣੇ ਤੋਂ ਬਾਅਦ ਵੱਧਦੀ ਹੈ, ਅਤੇ ਸਾਨੂੰ ਦੇਖਣਾ ਪਏਗਾ, ਮੋਨੀਟਰ ਕਰਨਾ ਪਏਗਾ ਅਤੇ ਦੇਖਣਾ ਪਏਗਾ ਕਿਹੜੀ ਮੈਡੀਕੇਸ਼ਨ ਉਹ ਲੈ ਰਹੇ ਹੈ, ਅਤੇ ਉਸ ਹਿਸਾਬ ਨਾਲ ਆਪਾਂ ਉਹ ਮੈਡੀਕੇਸ਼ਨ ਨੂੰ ਵੀ ਤਬਦੀਲੀ ਕਰਕੇ ਉਹਨਾਂ ਦੀ ਸ਼ੂਗਰ ਕੰਟਰੋਲ ਕਰ ਸਕਦੇ ਹਾਂ। ਠੀਕ ਹੈ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਬੋਲ ਰਹੇ ਜੀ। ਹਾਂਜੀ, ਮੇਰੇ 15 ਸਾਲ ਤੋਂ ਦਵਾਈ ਖਾ ਰਿਹਾ, ਮੇਰੀ ਸੁਬਾਹ ਵੀ ਖਾਣ ਵੱਧ, ਤੇ ਉਸ ਤੋਂ ਬਾਅਦ ਰੋਟੀ ਖਾ ਕੇ ਟੀਕਾ ਵੀ ਲੈਣਾ, ਗੋਲੀ ਵੀ ਤੇ ਫਿਰ 400 ਤੱਕ ਜਾ ਰਹੀ ਜੀ। ਤੇ ਮੈਂ ਆਪਦੇ ਪੈਰ ਹੱਡੀਆਂ ਬਚਾਉਣ ਬਾਰੇ ਪੁੱਛਣਾ ਡਾਕਟਰ ਸਾਹਿਬ ਨੂੰ, ਮੇਰੇ ਪੈਰ ਜ਼ਖਮ ਹੋ ਗਏ ਥੱਲੇ, ਇਹ ਗੋਡਾ ਮੇਰਾ ਖਰਾਬ ਹੋ ਗਿਆ, ਸੈਰ ਮੇਰੇ ਤੋਂ ਘੱਟ ਹੁੰਦੀ ਜੀ। ਡਾਕਟਰ ਸਾਹਿਬ, ਕਾਲਰ ਦਾ ਜਵਾਬ ਕੀ ਹੈ? ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਇਨਸੁਲਿਨ ਤੇ ਗੋਲੀ ਖਾਣ ਤੋਂ ਬਾਅਦ ਵੀ ਕਾਫੀ ਹੱਦ ਤੱਕ ਖਾਣਾ ਖਾਣ ਤੋਂ ਬਾਅਦ 400 ਤੋਂ ਪਾਰ ਜਿਹੜੀ ਸ਼ੂਗਰ ਪਹੁੰਚਦੀ ਹੈ। ਇਹਦਾ ਕਾਰਨ ਦੇਖੋ, ਇਹਨਾਂ ਨੂੰ ਅਨਕੰਟਰੋਲਡ ਡਾਇਬਟੀਜ਼ ਹੈ, ਇਹਨੂੰ ਅਨਕੰਟਰੋਲਡ ਡਾਇਬਟੀਜ਼ ਮਲਾਈਟਸ ਕਹਿੰਦੇ ਆ ਆਪਾਂ। ਜਨਰਲੀ ਜਿੱਦਾਂ ਜਿੱਦਾਂ ਜਿਹੜੇ ਪੇਸ਼ੈਂਟਸ ਨੂੰ ਇਨਫੈਕਸ਼ਨ ਜ਼ਿਆਦਾ ਰਹਿਣਗੀਆਂ, ਜਿਹੜੇ ਪੇਸ਼ੈਂਟ ਦੀ ਡਾਇਟ ਪ੍ਰੋਪਰ ਨਹੀਂ ਹੈ, ਜਿਹੜੇ ਪੇਸ਼ੈਂਟ ਦਾ
ਈਵਨ ਜੇ ਪ੍ਰੋਪਰ ਮੈਡੀਕੇਸ਼ਨ ਨਹੀਂ ਲੈ ਰਹੇ ਉਹਨਾਂ ਦਾ ਜਨਰਲੀ ਅਨਕੰਟਰੋਲਡ ਸ਼ੂਗਰ ਰਹਿੰਦੀ ਹੈ। ਅਤੇ ਪਲੱਸ ਕਈ ਵਾਰੀ ਆਪਾਂ ਜਦੋਂ ਮੈਂ ਫਸਟ ਕਾਲਰ ਨੂੰ ਵੀ ਦੱਸਿਆ ਸੀ ਆਪਾਂ ਫਸਟ ਇਨਸੁਲਿਨ ਲੈਵਲਸ ਅਤੇ ਸੀ ਪੈਪਟਾਈਡ ਲੈਵਲ ਕਰਾਉਂਦੇ ਹਾਂ ਜਿਹੜੇ ਸਾਨੂੰ ਇੱਕ ਆਈਡੀਆ ਦੇ ਦਿੰਦੇ ਰਫ ਆਈਡੀਆ ਦਿੰਦੇ ਹਾਂ ਕਿ ਬੋਡੀ 'ਚ ਸਾਡੀ ਕਿੰਨਾ ਅਮਾਊਂਟ ਆਫ ਇਨਸੁਲਿਨ ਹੈਗਾ ਜਿਸ ਹਿਸਾਬ ਨਾਲ ਵੀ ਕੈਨ ਸਟਾਰਟ ਆਫ ਵਿਦ ਅ ਮੈਡੀਕੇਸ਼ਨ ਔਰ ਸਟਾਰਟ ਆਫ ਵਿਦ ਅ ਇਨਸੁਲਿਨ ਉਹਦੇ ਨਾਲ ਡਿਸਾਈਡ ਕਰ ਸਕਦੇ ਹਾਂ। ਪਰ ਇਹਨਾਂ ਦਾ ਜਿਨ੍ਹਾਂ ਨੇ ਜਿਸ ਕਾਲਰ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸ਼ੂਗਰ ਫਿਰ ਵੀ ਇੰਨੀ ਜ਼ਿਆਦਾ ਰਹਿ ਰਹੀ ਹੈ, ਵੀ ਨੀਡ ਟੂ ਫਾਇੰਡ ਆਊਟ ਕਿ ਵੋਟ ਇਜ਼ ਦਾ ਰੀਜ਼ਨ ਫੋਰ ਦੈਟ, ਜਿਹਦੇ ਕਰਕੇ ਸਮਟਾਈਮ ਦੇਰ ਇਜ਼ ਅੰਡਰਲਾਈਂਗ ਕੋਜ਼ ਜਿਹਦੇ ਕਰਕੇ ਸ਼ੂਗਰ ਵੱਧਦੀ ਹੈ। ਸਾਡੇ ਦੇਸ਼ 'ਚ ਮੋਸਟ ਕਾਮਨ ਕੋਜ਼ ਇਜ਼ ਇਨਫੈਕਸ਼ਨਸ ਜਿਹਦੇ ਕਰਕੇ ਸਸਟੇਨਡ ਸ਼ੂਗਰ ਵਧੀ ਰਹਿੰਦੀ ਹੈ ਅਤੇ ਡਿਸਪਾਈਟ ਗਿਵਿੰਗ ਮੈਡੀਕੇਸ਼ਨ ਉਹ ਕੰਟਰੋਲ ਨਹੀਂ ਹੁੰਦੀ ਅਤੇ ਇਹ ਇੱਕ ਵਿਸ਼ੀਅਸ ਸਾਈਕਲ ਬਣ ਜਾਂਦਾ ਕਿ ਜਦੋਂ ਇਨਫੈਕਸ਼ਨ ਹੋ ਰਹੀ ਹੈ ਸ਼ੂਗਰ ਵੱਧ ਰਹੀ ਹੈ ਸ਼ੂਗਰ ਵੱਧ ਰਹੀ ਹੈ ਅਤੇ ਹੋਰ ਇਨਫੈਕਸ਼ਨ ਵੱਧ ਰਹੀ ਹੈ ਤਾਂ ਇਹਨੂੰ ਬ੍ਰੇਕ ਕਰਨਾ ਇਜ਼ ਵੈਰੀ ਇੰਪੋਰਟੈਂਟ। ਅਤੇ ਵੀ ਨੀਡ ਟੂ ਫਾਇੰਡ ਆਊਟ ਕਿ ਇਹਨਾਂ ਦੇ ਕੇਸ 'ਚ ਵੋਟ ਇਜ਼ ਦਾ ਰੀਜ਼ਨ ਅਤੇ ਕਿਉਂ ਨਹੀਂ ਹੋ ਰਿਹਾ, ਹੀ ਰਿਕੁਆਇਰਸ ਪ੍ਰੋਪਰ ਮੋਨੀਟਰਿੰਗ, ਪ੍ਰੋਪਰ ਡਾਇਟ ਐਂਡ ਪ੍ਰੋਪਰ ਮੈਡੀਕੇਸ਼ਨਸ ਟੂ ਬੀ ਟੇਕਨ। ਸੋ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਡਾਇਬਿਟੀਜ਼ ਬਾਰੇ ਕਿਉਂਕਿ ਡਾਇਬਿਟੀਜ਼ ਦੇ ਮਾਮਲੇ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਵੱਧ ਰਹੇ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੱਚਿਆਂ ਦੇ ਵਿੱਚ ਵੀ ਇਹ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ, ਕਾਰਨਾਂ ਬਾਰੇ ਵੀ ਤੁਸੀਂ ਦੱਸਿਆ ਅਤੇ ਹੁਣ ਸਾਨੂੰ ਇਹ ਦੱਸੋ ਕਿ ਡਾਇਬਿਟੀਜ਼ ਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਰੱਖਿਆ ਜਾਵੇ। ਇਹ ਬਹੁਤ ਜ਼ਰੂਰੀ ਹੈ ਜਾਣਨਾ ਕਿਉਂਕਿ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ, ਡਾਇਟ ਦਾ ਧਿਆਨ ਰੱਖਦੇ ਵੀ ਨੇ ਫਿਰ ਵੀ ਕਿਤੇ ਨਾ ਕਿਤੇ ਉਹ ਅਣਗਹਿਲੀ ਵਰਤ ਜਾਂਦੇ ਨੇ, ਇਸ ਕਰਕੇ ਡਾਇਬਿਟੀਜ਼ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾ ਸਕਦਾ? ਕੰਟਰੋਲ ਤਾਂ ਉਹੀ ਆਪਾਂ ਜਿਹੜਾ ਪਹਿਲਾਂ ਵੀ ਡਿਸਕਸ ਹੀ ਕਰ ਰਹੇ ਸੀ ਕਿ ਲਾਈਫ ਸਟਾਈਲ ਐਂਡ ਡਾਇਟ ਮੇਜਰ ਮੋਡੈਲਿਟੀਜ਼ ਹੈਗੀਆਂ ਜਿਹਦੇ ਕਰਕੇ ਸਾਡਾ ਇੰਨੇ ਰਾਈਜ਼ ਹੋ ਰਿਹਾ ਡਾਇਬਟੀਜ਼ ਦੇ ਕੇਸਿਸ ਦਾ। ਹੁਣ ਅੱਜ ਕੱਲ੍ਹ ਆਪਾਂ ਦੇਖ ਰਹੇ ਚਾਈਲਡਹੁੱਡ ਓਬੈਸਿਟੀ ਵੀ ਹੋ ਰਹੀ ਹੈ ਜਿਹਦੇ ਕਰਕੇ ਬੱਚਿਆਂ 'ਚ ਮੋਟਾਪਾ ਵੱਧ ਰਿਹਾ ਹੈ, ਜਿਹਦੇ ਕਰਕੇ ਉਹਨਾਂ ਨੂੰ ਮਤਲਬ ਵਿਦ ਇਨ 20s ਔਰ 30s ਵੀ ਕਈ ਬੱਚਿਆਂ ਨੂੰ ਸ਼ੂਗਰ ਹੋ ਜਾਂਦੀ ਹੈ। ਅਤੇ ਬਾਕੀ ਮੇਜਰ ਕਾਰਨ ਸਾਡੇ ਲਾਈਫ ਸਟਾਈਲ ਐਂਡ ਡਾਇਟ ਹੀ ਹੈ। ਡਾਇਟ ਕੰਟਰੋਲ ਕਰਨਾ, ਮੈਂ ਬਾਰ ਬਾਰ ਉਹੀ ਸਟ੍ਰੈਸ ਕਰਨਾ, ਇਹ ਇੰਨਾ ਮੁਸ਼ਕਿਲ ਬਿਮਾਰੀ ਨਹੀਂ ਹੈ ਇਹਨੂੰ ਠੀਕ ਕਰਨਾ, ਇਹਨੂੰ ਆਪਾਂ ਵਿਦ ਲਾਈਫ ਸਟਾਈਲ ਐਂਡ ਡਾਇਟ ਬਿਲਕੁਲ ਕੰਟਰੋਲ ਕਰ ਸਕਦੇ ਹਾਂ, ਮੈਡੀਕੇਸ਼ਨ ਨੂੰ ਘਟਾ ਸਕਦੇ ਹਾਂ। ਜਿਹੜੇ ਪੇਸ਼ੈਂਟ ਇਨਸੁਲਿਨ ਲੈ ਰਹੇ ਆ ਉਹਨੂੰ ਵੀ ਆਪਾਂ ਕੱਟ ਡਾਊਨ ਕਰ ਸਕਦੇ ਹਾਂ। ਇਹ ਇੱਕ ਮਿਥ ਬਣਿਆ ਹੋਇਆ ਕਿ ਇਨਸੁਲਿਨ ਲਗਾਵਾਂਗੇ ਤਾਂ ਪੂਰੀ ਜ਼ਿੰਦਗੀ ਚੱਲੇਗਾ, ਇੱਦਾਂ ਨਹੀਂ ਹੈਗਾ। ਆਪਾਂ ਹੌਲੀ ਹੌਲੀ ਇਨਸੁਲਿਨ ਨੂੰ ਵੀ ਘਟਾ ਕੇ ਬੰਦ ਵੀ ਕਰ ਸਕਦੇ ਹਾਂ, ਬਟ ਜੇ ਉਹ ਵੀ ਡਿਪੈਂਡ ਕਰਦਾ ਕਿ ਪੇਸ਼ੈਂਟ ਨੂੰ ਕਿਹੜੀ ਮੋਡੈਲਿਟੀਜ਼ ਹੈਗੀਆਂ। ਬਾਕੀ ਪੇਸ਼ੈਂਟ ਦੀ ਐਕਸਰਸਾਈਜ਼, ਉਹ ਵੀ ਐਕਸਰਸਾਈਜ਼ ਦੀ ਵੀ ਮੈਂ ਤੁਹਾਨੂੰ ਡਿਊਰੇਸ਼ਨ ਦੱਸਣਾ ਕਿ ਸਾਨੂੰ ਡੇਲੀ 45 ਮਿੰਟਸ ਪਰ ਡੇ ਮੋਡਰੇਟ ਇੰਟੈਂਸਿਟੀ ਐਕਸਰਸਾਈਜ਼, ਜਿੱਦਾਂ ਸਵਿਮਿੰਗ, ਸਾਈਕਲਿੰਗ, ਬ੍ਰਿਸਕ ਵਾਕਿੰਗ ਮਤਲਬ ਤੇਜ਼ ਭੱਜਣਾ ਜਾਂ ਤੇਜ਼ ਵਾਕ ਕਰਨਾ ਜਿਹਦੇ ਨਾਲ ਐਟਲੀਸਟ ਸਾਨੂੰ ਪਸੀਨਾ ਆਏ, ਜਾਂ ਜਿਹੜੇ ਬੱਚੇ ਜਿਹੜੇ ਮਿਡਲ ਏਜ ਲੋਕ ਵੀ ਜਿਹੜੇ ਜਿਮ ਕਰਦੇ ਆ ਉਹਨਾਂ ਨੂੰ ਐਰੋਬਿਕ ਐਕਸਰਸਾਈਜ਼ ਕਰਨਾ। ਅਤੇ ਇਹ ਜੇ ਆਪਾਂ ਡੇਲੀ 5 to 5 times ਇਨ ਅ ਵੀਕ ਵੀ ਕਰ ਰਹੇ ਹਾਂ ਆਪਾਂ ਡੇਲੀ, ਅਤੇ ਇਹਦੇ ਨਾਲ ਵੀ ਸਾਡਾ ਬਹੁਤ ਇੰਪਰੂਵਮੈਂਟ ਆਉਂਦੀ ਹੈ, ਨਾ ਕੇਵਲ ਸ਼ੂਗਰ ਅਤੇ ਈਵਨ ਹਾਈਪਰਟੈਂਸਿਵ ਪੇਸ਼ੈਂਟਸ ਨੂੰ ਵੀ ਆਪਾਂ ਇਹੀ ਕਹਿੰਦੇ ਹਾਂ ਕਿ ਇੰਨੀ ਕੁ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ। ਬਾਕੀ ਯੰਗਰ ਜਨਰੇਸ਼ਨ ਨੂੰ ਆਪਾਂ ਹੋਰ ਕਹਿੰਦੇ ਹਾਂ ਕਿ ਦੇ ਕੈਨ ਡੂ ਮੋਰ ਸਟਰਨਸ ਐਕਸਰਸਾਈਜ਼, ਜਿਹਦੇ ਨਾਲ ਉਹਨਾਂ ਦਾ ਇੱਕ ਮਸਲ ਬਿਲਡਿੰਗ ਹੋਏ ਪ੍ਰੋਪਰ ਅਤੇ ਨਾਲ ਨਾਲ ਐਰੋਬਿਕਸ ਵੀ ਹੋਏ।
ਡਾਇਬਟੀਜ਼ 'ਚ ਮਸਲ ਬਿਲਡਿੰਗ ਦਾ ਵੀ ਰੋਲ ਹੈ, ਬਿਕੋਜ਼ ਜਿਹੜੀ ਸਾਡੀ ਸ਼ੂਗਰ ਦੀ ਅਬਜ਼ੋਰਪਸ਼ਨ ਹੁੰਦੀ ਹੈ ਉਹ ਵਾਇਆ ਮਸਲਸ ਹੀ ਹੁੰਦੀ ਹੈ। ਉਹਦੇ ਜਿਹੜੇ ਰਿਸੈਪਟਰ ਹੈ, ਇਨਸੁਲਿਨ ਦੇ ਰਿਸੈਪਟਰ ਹੈ, ਸ਼ੂਗਰ ਅਪਟੇਕ ਜਿਹੜੀ ਹੋਣੀ ਹੈ ਉਹ ਵਾਇਆ ਮਸਲਸ ਹੋਣੀ ਹੈ, ਅਤੇ ਮਸਲ ਬਿਲਡਿੰਗ ਇਜ਼ ਆਲਸੋ ਇੰਪੋਰਟੈਂਟ। ਦੈਟਸ ਵਾਈ ਡਾਇਟ 'ਚ ਆਪਾਂ ਕਹਿੰਦੇ ਹਾਂ ਕਿ ਪ੍ਰੋਟੀਨ ਡਾਇਟ ਆਲਸੋ ਹੈਜ਼ ਟੂ ਬੀ ਟੇਕਨ। ਪ੍ਰੋਟੀਨ ਡਾਇਟ ਵਧਾਉਣੀ ਵੀ ਜ਼ਰੂਰੀ ਹੈ ਡਾਇਬਟਿਕ ਪੇਸ਼ੈਂਟਸ 'ਚ। ਜਿਨ ਐਕਸਟਰਾ ਵਧੀਆ ਪ੍ਰੋਟੀਨ ਲੈਣਾ ਇਜ਼ ਗੁੱਡ। ਵੈਸਟਰਨਰਸ ਸਾਰੇ ਉਹ ਨੋਨ ਵੈਜ ਬਹੁਤ ਖਾਂਦੇ ਆ, ਉਹਨਾਂ ਦੀ ਪ੍ਰੋਟੀਨ ਇਨਟੇਕ ਬਹੁਤ ਜ਼ਿਆਦਾ ਹੈ, ਸਾਡੀ ਕਾਰਬ ਇਨਟੇਕ ਐਜ਼ ਕੰਪੇਅਰ ਟੂ ਵੈਸਟਰਨ ਪਾਪੂਲੇਸ਼ਨ ਜ਼ਿਆਦਾ ਹੈ। ਉਹਨੂੰ ਕੱਟ ਕਰਕੇ ਆਪਾਂ ਪ੍ਰੋਟੀਨ ਇਨਟੇਕ, ਜੇ ਸਾਡੇ ਜੇ ਬੰਦਾ ਨੋਨ ਵੈਜ ਲੈ ਸਕਦਾ ਅਤੇ ਪ੍ਰੋਪਰ ਨੋਨ ਵੈਜ, ਉਹਦੇ 'ਚ ਵੀ ਸਾਡੇ ਕੋਲ ਜਿਹੜੇ ਬੈਟਰ ਆਪਸ਼ਨ ਹੈ ਉਹ ਫਿਸ਼ ਹੈ, ਵਿਚ ਇਜ਼ ਅ ਵੈਰੀ ਗੁੱਡ ਆਪਸ਼ਨ। ਰੈੱਡ ਮੀਟ ਸਾਨੂੰ ਕੱਟ ਕਰਨਾ ਚਾਹੀਦਾ ਹੈ ਡਾਇਟ 'ਚ ਜੇ ਨੋਨ ਵੈਜ ਖਾਂਦੇ ਹਾਂ। ਐੱਗਸ ਵੀ ਕੈਨ ਟੇਕ ਵਿਦਆਊਟ ਯੋਕ, ਦੈਟ ਇਜ਼ ਆਲਸੋ ਵੈਰੀ ਗੁੱਡ ਪ੍ਰੋਟੀਨ ਇਨਟੇਕ, ਪ੍ਰੋਟੀਨ ਸੋਰਸ। ਐਂਡ ਵੈਜ 'ਚ, ਵੈਜ 'ਤੇ ਆਪਾਂ ਸੀਡਸ ਲੈ ਸਕਦੇ ਹਾਂ, ਆਪਾਂ ਦਾਲ ਦੀ ਇਨਟੇਕ ਵਧਾ ਸਕਦੇ ਹਾਂ। ਈਵਨ ਜੇ ਆਪਾਂ ਰੋਟੀ ਵੀ ਜਿਹੜੀ ਨੋਰਮਲ ਖਾਂਦੇ ਉਹ ਮਲਟੀਗ੍ਰੇਨ ਵਾਲੀ ਰੋਟੀ 'ਤੇ ਸ਼ਿਫਟ ਕਰੀਏ, ਦੈਟ ਕੈਨ ਆਲਸੋ ਹੈਲਪ। ਫਾਈਬਰ ਇਨਟੇਕ ਵਧਾਉਣਾ ਇਜ਼ ਆਲਸੋ ਵੈਰੀ ਇੰਪੋਰਟੈਂਟ ਇਨ ਡਾਇਬਟੀਜ਼। ਜੀ ਡਾਕਟਰ ਸਾਹਿਬ, ਸਾਡੇ ਨਾਲ ਦੋ ਕਾਲਰ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੈਮ ਨਮਸਤੇ ਜੀ, ਵਿਪਨ ਬੱਤਰਾ ਗੱਲ ਕਰ ਰਿਹਾ, ਮੂਨਕ ਡਿਸਟ੍ਰਿਕਟ ਸੰਗਰੂਰ ਤੋਂ ਜੀ। ਜੀ, ਕੀ ਸਵਾਲ ਤੁਹਾਡਾ? ਹਾਂਜੀ, ਮੇਰਾ ਇਹ ਸਵਾਲ ਹੈ ਜੀ, ਜੋ ਡਾਕਟਰ ਤੁਸੀਂ ਸਕਰੀਨ ਤੇ ਦਿਖਾ ਰਹੇ ਹੋ ਵੀ ਦਾਲਚੀਨੀ ਦਾ ਪਾਊਡਰ ਕੋਸੇ ਪਾਣੀ ਨਾਲ ਪੀਣ ਨਾਲ ਸ਼ੂਗਰ ਜੜ ਤੋਂ ਖਤਮ ਹੋ ਜਾਂਦੀ ਹੈ, ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਟਾਈਪ 1 ਤੇ ਵੀ ਅਸਰ ਕਰਦਾ ਜੀ? ਟਾਈਪ 1 ਬੱਚੇ ਨੂੰ ਜੀ, ਬੇਟੇ ਨੂੰ ਹੈ ਜੀ, ਇਨਸੂਲਿਨ ਲੈਂਦਾ ਜੀ ਉਹ। ਜੀ ਦੇਖੋ, ਮੈਂ ਸਵਾਲ ਤੁਹਾਡਾ ਸਮਝ ਗਿਆ। ਟਾਈਪ 1, ਟਾਈਪ 2 ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ, ਜਿਹੜੀ ਮੈਂ ਬਾਕੀ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ, ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਟਾਈਪ 1 ਐਂਡ ਟਾਈਪ 2 ਆਰ ਦਾ ਮੇਜਰ ਟਾਈਪਸ ਆਫ ਡਾਇਬਟੀਜ਼ ਦੈਟ ਵੀ ਨੋ ਆਫ। ਟਾਈਪ 2 ਜ਼ਿਆਦਾ ਕਾਮਨ ਹੁੰਦੀ ਹੈ ਜਿਹੜੇ ਅਡਲਟ ਪਾਪੂਲੇਸ਼ਨ, ਜਿਹੜਾ ਆਪਾਂ ਦੇਖਦੇ ਹਾਂ ਅਡਲਟ ਪਾਪੂਲੇਸ਼ਨ 'ਚ ਆਪਾਂ ਦੇਖਦੇ ਹਾਂ, ਜਿਹੜੇ ਓਬੈਸਿਟੀ ਨਾਲ, ਮੋਟਾਪੇ ਨਾਲ ਐਸੋਸੀਏਟਿਡ ਹੁੰਦੀ ਹੈ। ਟਾਈਪ 1 ਜਿਹੜੀ ਹੈ ਉਹ ਛੋਟੇ ਬੱਚਿਆਂ ਨੂੰ ਹੁੰਦੀ ਹੈ, ਜਿਹੜੀ ਅਰਲੀ ਔਨਸੈਟ ਆ ਜਾਂਦੀ ਹੈ, ਉਹਨਾਂ 'ਚ ਇਨਸੁਲਿਨ ਬਣਦਾ ਹੀ ਨਹੀਂ ਹੈ, ਅਤੇ ਇਸ ਕਰਕੇ ਉਹਨਾਂ ਨੂੰ ਇਨਸੁਲਿਨ ਪੂਰੀ ਜ਼ਿੰਦਗੀ ਲੈਣਾ ਪੈਂਦਾ ਹੈ। ਦਾਲਚੀਨੀ ਦਾ ਪਾਊਡਰ ਇਹਨਾਂ ਕੇਸਿਸ 'ਤੇ ਬਹੁਤ ਜ਼ਿਆਦਾ ਹੈਲਪ ਨਹੀਂ ਕਰੇਗਾ, ਬਟ ਸਟਿਲ ਇਟ ਇਜ਼ ਨੋਟ ਬੈਡ ਟੂ ਟੇਕ ਈਵਨ ਇਨ ਟਾਈਪ 1 ਪੇਸ਼ੈਂਟਸ। ਜੀ ਠੀਕ ਹੈ ਡਾਕਟਰ ਸਾਹਿਬ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ? ਸੋ ਤੁਸੀਂ ਮੁੜ ਤੋਂ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਡਾਕਟਰ ਸਾਹਿਬ, ਜਿਸ ਤਰੀਕੇ ਸਾਡੇ ਕਾਲਰ ਦਾ ਇਹ ਸਵਾਲ ਸੀ ਕਿ ਛੋਟੇ ਬੱਚੇ ਜਿਹੜਾ ਉਹਨਾਂ ਨੂੰ ਟਾਈਪ 1 ਦੀ ਡਾਇਬਟੀਜ਼ ਹੈ, ਲੇਕਿਨ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਕਿ ਦਵਾਈਆਂ 'ਤੇ ਜ਼ਿਆਦਾ ਵਿਸ਼ਵਾਸ ਵੀ ਨਹੀਂ ਕਰਦੇ, ਦਵਾਈਆਂ ਜ਼ਿਆਦਾ ਲੈਣਾ ਪਸੰਦ ਵੀ ਨਹੀਂ ਕਰਦੇ, ਉਹਨਾਂ ਦੀ ਆਦਤ ਹੁੰਦੀ ਹੈ ਕਿ ਘਰੇਲੂ ਨੁਸਖੇ ਹੀ ਉਹ ਅਪਣਾਉਣ ਤਾਂ ਜੋ ਬਿਮਾਰੀ ਜੜ੍ਹ ਤੋਂ ਖਤਮ ਕੀਤੀ ਜਾ ਸਕੇ। ਤੁਸੀਂ ਕੀ ਸੁਜੈਸਟ ਕਰੋਗੇ ਕਿ ਜੇਕਰ ਕਿਸੇ ਨੂੰ ਡਾਇਬਟੀਜ਼ ਹੈ ਤਾਂ ਫਿਰ ਉਹ ਦਵਾਈਆਂ ਦਾ ਜਿਹੜਾ ਦਵਾਈਆਂ ਦਾ ਸੇਵਨ ਕਰੇ ਜਾਂ ਫਿਰ ਜ਼ਿਆਦਾ ਉਹ ਘਰੇਲੂ ਨੁਸਖੇ ਲਵੇ ਤਾਂ ਜੋ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ? ਦੇਖੋ, ਜੇ ਆਪਾਂ ਉਹੀ ਗੱਲ ਕਰਨਾ ਜੇ ਤਾਂ ਟਾਈਪ 1 ਡਾਇਬਟੀਜ਼ ਹੈ, ਜਿਹੜੀ ਆਪਾਂ ਬੱਚਿਆਂ ਨੇ, ਜਿਹੜਾ ਕਾਲਰ ਨੇ ਵੀ ਸਾਨੂੰ ਸਵਾਲ ਕੀਤਾ, ਟਾਈਪ 1 ਡਾਇਬਟੀਜ਼ 'ਚ ਇਨਸੁਲਿਨ ਲੈਣਾ ਬਹੁਤ ਜ਼ਰੂਰੀ ਹੈ।
ਉਹ ਵਿਦਆਊਟ ਇਨਸੂਲਿਨ ਅਤੇ ਕੁਛ ਸਾਡੇ ਕੋਲ ਮੈਡੀਕਲ ਮੈਡੀਕੇਸ਼ਨਸ ਹੈਗੀਆਂ ਜਿਹੜੀ ਹੈਲਪ ਕਰਦੀਆਂ ਟਾਈਪ 1 'ਚ ਵੀ, ਉਹ ਮੈਂਡੇਟਰੀ ਹੈ, ਉਹ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਹੀ ਉਹਨਾਂ ਦੀ ਲਾਈਫ ਦੀ ਸਸਟੇਨੈਂਸ ਰਹੇਗੀ ਕਿਉਂਕਿ ਬਾਡੀ 'ਚ ਇਨਸੂਲਿਨ ਬਣ ਹੀ ਨਹੀਂ ਰਿਹਾ ਉਹਦੇ 'ਚ। ਅਤੇ ਇਨਸੂਲਿਨ ਹੀ ਉਹ ਹਾਰਮੋਨ ਹੁੰਦਾ ਹੈ ਜਿਹੜਾ ਸ਼ੂਗਰ ਨੂੰ ਕੰਟਰੋਲ ਕਰਕੇ ਰੱਖਦਾ। ਟਾਈਪ 2 'ਚ ਡਿਫਰੈਂਟ ਸਿਨੈਰੀਓ ਹੈ ਸਾਡਾ, ਉਹਦੇ 'ਚ ਇਨਸੂਲਿਨ ਸਾਡਾ ਬਣਦਾ ਹੈ, ਮਤਲਬ ਪ੍ਰੋਪਰ ਹੁੰਦਾ, ਪਰ ਉਹਦੀ ਰੈਜ਼ਿਸਟੈਂਸ ਆ ਜਾਂਦੀ ਹੈ, ਸ਼ੂਗਰ ਦਾ ਅਪਟੇਕ ਖਰਾਬ ਹੋ ਜਾਂਦਾ। ਜਿੱਦਾਂ ਇੱਕ ਦਰਵਾਜ਼ਾ ਇੰਨਾ ਟਾਈਟਲੀ ਬੰਦ ਹੋਇਆ ਉਹ ਖੁੱਲ੍ਹਦਾ ਹੀ ਨਹੀਂ, ਅਤੇ ਉੱਦਾਂ ਹੀ ਅੰਦਰ ਕੋਈ ਬੰਦਾ ਵੜ ਹੀ ਨਹੀਂ ਪਾਏਗਾ। ਉੱਦਾਂ ਹੀ ਹੈਗਾ ਕਿ ਸ਼ੂਗਰ ਇੰਨਾ ਜ਼ਿਆਦਾ ਬਲੱਡ ਲੈਵਲਸ ਹੁੰਦੇ ਆ ਕਿ ਜਿਹੜੇ ਸ਼ੂਗਰ ਦੇ ਮੋਲੀਕਿਊਲ ਅੰਦਰ ਜਾਣੇ ਆ ਬੋਡੀ 'ਚ ਸੈੱਲ 'ਚ ਅੰਦਰ ਜਾਣੇ ਆ ਉਹ ਜਾ ਨਹੀਂ ਪਾਉਣਗੇ। ਅਤੇ ਇਹਨਾਂ ਟਾਈਪ 2 ਕੇਸਿਸ 'ਚ ਸਾਡੀ ਆਪਾਂ ਕਹਿੰਦੇ ਹਾਂ ਕਿ ਘਰੇਲੂ ਨੁਸਖਿਆਂ ਨਾਲ ਆਪਾਂ ਬਿਲਕੁਲ ਹੈਲਪ ਕਰ ਸਕਦੇ ਹਾਂ, ਆਪਾਂ ਲਾਈਫ ਸਟਾਈਲ ਮੈਜਰ ਨਾਲ ਬਿਲਕੁਲ। ਟਾਈਪ 2  'ਚ ਇਹਦਾ ਸਭ ਤੋਂ ਜ਼ਿਆਦਾ ਬੈਨੀਫਿਟ ਸਾਨੂੰ ਮਿਲਦਾ, ਈਵਨ ਟਾਈਪ 1 'ਚ ਵੀ ਮਿਲਦਾ, ਬਟ ਟਾਈਪ 2 'ਚ ਜ਼ਿਆਦਾਤਰ ਦੇਖਿਆ ਜਾਂਦਾ ਕਿਉਂਕਿ ਇਹ ਓਬੈਸਿਟੀ ਨਾਲ ਵੀ ਐਸੋਸੀਏਟਡ ਹੁੰਦਾ, ਮੋਟਾਪੇ ਨਾਲ ਐਸੋਸੀਏਟਡ ਹੁੰਦਾ। ਅਤੇ ਇਹਦੇ 'ਚ ਆਪਾਂ ਘਰੇਲੂ ਨੁਸਖੇ ਬਿਲਕੁਲ ਯੂਜ਼ ਕਰ ਸਕਦੇ ਹਾਂ, ਈਵਨ ਮੈਡੀਕੇਸ਼ਨ ਲੈ ਭਾਵੇਂ ਲਈਏ ਭਾਵੇਂ ਨਾ ਲਈਏ, ਜਿਹੜੀ ਵੀ ਜਿਨ੍ਹਾਂ ਨੂੰ ਇਨੀਸ਼ੀਅਲ ਹੈਗਾ। ਆਪਾਂ ਮੈਂ ਆਲਵੇਜ਼ ਆਈ ਐਡਵਾਈਸ ਸਾਡੇ ਆਪਣੇ ਪੇਸ਼ੈਂਟਸ ਨੂੰ ਵੀ ਕਿ ਤੁਸੀਂ ਬਿਲਕੁਲ ਆਪਣੀ ਡਾਈਟ 'ਤੇ ਐਕਸਰਸਾਈਜ਼ 'ਤੇ ਮੇਨਟੇਨ ਕਰਿਓ, ਤੁਹਾਨੂੰ ਮੈਡੀਕੇਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ ਇਨੀਸ਼ੀਅਲ ਸਟੇਜਸ 'ਤੇ। ਜੇ ਫਿਰ ਵੀ ਉਹ ਕੰਟਰੋਲ ਨਹੀਂ ਹੋ ਰਿਹਾ ਦੈਨ ਓਨਲੀ ਵੀ ਪ੍ਰਿਸਕ੍ਰਾਈਬ ਦਾ ਮੈਡੀਕੇਸ਼ਨ। ਅਨਨੈਸੇਸਰੀ ਮੈਡੀਕੇਸ਼ਨ ਦੇਣਾ ਕੋਈ ਬਹੁਤ ਜ਼ਿਆਦਾ ਲਾਭ ਨਹੀਂ ਕਰੇਗਾ, ਉਹ ਨੁਕਸਾਨ ਵੀ ਕਰਦਾ ਹੈ ਕਿਉਂਕਿ ਮੈਡੀਕੇਸ਼ਨ ਦੇ ਆਪਣੇ ਸਾਈਡ ਇਫੈਕਟਸ ਵੀ ਹੁੰਦੇ ਆ। ਆਪਾਂ ਹਮੇਸ਼ਾ ਮੈਜਰ ਕਰਕੇ ਦਿੰਦੇ ਹਾਂ ਕਿ ਕਿੰਨਾ ਬੈਨੀਫਿਟ ਮਿਲੇਗਾ ਪੇਸ਼ੈਂਟ ਨੂੰ ਮੈਡੀਕੇਸ਼ਨ ਦਾ। ਨਾਲ ਦੇ ਨਾਲ ਕੋਈ ਪੇਸ਼ੈਂਟ ਦੀ ਸ਼ੂਗਰ ਕੰਟਰੋਲਡ ਹੈ ਭਾਵੇਂ ਅਨਕੰਟਰੋਲਡ ਹੈ, ਭਾਵੇਂ ਉਹਨੂੰ ਟਾਈਪ 1 ਹੈ ਭਾਵੇਂ ਟਾਈਪ 2 ਹੈ, ਸਾਰਿਆਂ ਨੂੰ ਲਾਈਫ ਸਟਾਈਲ ਮੈਜਰਸ ਕਰਨਾ ਬਹੁਤ ਜ਼ਰੂਰੀ ਹੈ ਜੀ। ਠੀਕ ਹੈ ਡਾਕਟਰ ਸਾਹਿਬ, ਸਾਡੇ ਨਾਲ ਦੋ ਕਾਲਰ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹੈਲੋ, ਹਾਂਜੀ ਹਾਂਜੀ, ਮੇਰਾ ਨਾਮ ਰਾਖੀ ਹੈ, ਮੈਂ ਅੰਮ੍ਰਿਤਸਰ ਤੋਂ ਗੱਲ ਕਰਦੀ ਹਾਂ। ਹਾਂਜੀ ਮੈਮ, ਕੀ ਸਵਾਲ ਹੈ ਤੁਹਾਡਾ? ਮੈਮ ਮੇਰੀ 35 ਈਅਰਸ ਆ, ਪਰ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਹੈ, ਜਿਵੇਂ ਕਿ ਮੇਰੀ ਸ਼ੂਗਰ ਸਟਾਰਟਿੰਗ 'ਚੋਂ 400 ਹੋ ਗਈ ਸੀ, ਅਤੇ ਹੌਲੀ ਹੌਲੀ ਹੁਣ ਮਤਲਬ ਕਦੀ 250 ਹੋ ਜਾਂਦੀ ਹੈ, ਕਦੀ 300, ਇਹਦੀ ਤਕਰੀਬਨ ਇਹਦੇ ਵਿੱਚ ਵਿੱਚ ਰਹਿੰਦੀ ਹੈ, 250 ਅਤੇ 300 ਦੇ ਵਿੱਚ ਵਿੱਚ। ਅਤੇ ਮੈਂ ਵਾਕ ਵੀ ਨਹੀਂ ਕਰ ਪਾ ਰਹੀ, ਅਤੇ ਮਤਲਬ ਕਿ ਮੈਂ ਕਿਸ ਤਰ੍ਹਾਂ ਡਾਈਟ ਪਲਾਨ ਲਵਾਂ, ਕਿਵੇਂ? ਟੈਬਲੇਟ ਵੀ ਮੈਨੂੰ ਕੋਈ ਸੂਟੇਬਲ ਨਹੀਂ ਕਰ ਰਹੀ, ਕੋਈ ਵੀ ਟੈਬਲੇਟ ਮੈਨੂੰ ਸੂਟੇਬਲ ਨਹੀਂ ਕਰ ਰਹੀ ਜੀ। ਡਾਕਟਰ ਸਾਹਿਬ, ਤੁਹਾਡੇ ਤੱਕ ਇਹ ਸਵਾਲ ਪਹੁੰਚਿਆ ਜੀ? ਜੀ ਜੀ, ਅਤੇ ਇਹਨਾਂ ਦੇ ਕੇਸ 'ਚ ਸਾਨੂੰ ਉਹੀ, ਸ਼ੀ ਇਜ਼ ਅ ਯੰਗ ਡਾਇਬਿਟਿਕ ਫੀਮੇਲ, ਛੋਟੀ ਏਜ ਹੈ ਇਹਨਾਂ ਦੀ, ਅਤੇ ਸਾਨੂੰ ਪਹਿਲਾਂ ਉਹੀ ਦੇਖਣਾ ਪਏਗਾ ਕਿ ਇਹਨਾਂ ਨੂੰ ਜੇ ਮੈਡੀਕੇਸ਼ਨ ਕੋਈ ਨਹੀਂ ਕੰਮ ਕਰ ਰਹੀ ਤਾਂ ਹੋ ਸਕਦਾ ਇਹਨਾਂ ਨੂੰ ਟਾਈਪ 1 ਡਾਇਬਿਟੀਜ਼ ਨਾ ਹੋਵੇ। ਸਾਨੂੰ ਇਹਨਾਂ ਨੂੰ ਫਿਰ ਇਹਨਾਂ ਦੇ ਬਲੱਡ ਟੈਸਟ ਕਰਾ ਕੇ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹਨਾਂ ਨੂੰ ਟਾਈਪ 1 ਸ਼ੂਗਰ ਹੈ ਜਾਂ ਟਾਈਪ 2 ਹੈ। ਜੇ ਤਾਂ ਟਾਈਪ 1 ਸ਼ੂਗਰ ਹੈ ਤਾਂ ਓਰਲ ਮੈਡੀਕੇਸ਼ਨਸ ਇਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਨਹੀਂ ਕਰੇਗੀ ਕਿਉਂਕਿ ਇਨਸੂਲਿਨ ਬਣ ਹੀ ਨਹੀਂ ਰਿਹਾ। ਜੇ ਇਨਸੂਲਿਨ ਨਹੀਂ ਬਣਦਾ ਤਾਂ ਓਰਲ ਮੈਡੀਕੇਸ਼ਨਸ ਆਰ ਨੋਟ ਗੋਇੰਗ ਟੂ ਗਿਵ ਹਰ ਮੱਚ ਬੈਨੀਫਿਟ। ਅਤੇ ਇਹਨਾਂ ਦੇ ਕੇਸ 'ਚ ਫਿਰ ਇਨਸੂਲਿਨ ਹੀ ਬੈਨੀਫਿਟ ਕਰੇਗਾ। ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਟਾਈਪ ਦੀ ਡਾਇਬਿਟੀਜ਼ ਹੈਗੀ ਹੈ ਇਹਨਾਂ ਨੂੰ, ਉਸ ਤੋਂ ਬਾਅਦ ਹੀ ਆਪਾਂ ਫਰਦਰ ਪਲਾਨ ਕਰ ਸਕਦੇ ਹਾਂ। ਬਾਕੀ ਡਾਇਟ 'ਚ ਜਿਹੜਾ ਆਪਾਂ ਰੈਗੂਲਰ ਸਾਰਿਆਂ ਨੂੰ ਡਾਇਟ
ਪਲਾਨ ਕਰਨੇ ਆ ਜਿਹੜੀ ਵੀ ਚੀਜ਼ਾਂ ਡਾਇਬਟੀਜ਼ 'ਚ ਇੰਪੋਰਟੈਂਟ ਹੈ ਖਾਣੀ, ਜਿਹੜੀ ਆਪਾਂ ਅਵੋਇਡ ਕਰਨੀ ਚਾਹੀਦੀ ਹੈ, ਉਹ ਤਾਂ ਇਹਨਾਂ ਨੂੰ ਹੁਣੇ ਤੋਂ ਹੀ ਸ਼ੁਰੂ ਕਰਨਾ ਪਏਗਾ। ਅਤੇ ਉਸ ਹਿਸਾਬ ਨਾਲ ਜਦੋਂ ਇਹਨਾਂ ਦੀ ਸ਼ੂਗਰ ਕੰਟਰੋਲ ਹੋਏਗੀ ਤਾਂ ਹੀ ਇਹਨਾਂ ਦੀ ਫਿਜ਼ੀਕਲ ਐਕਟੀਵਿਟੀ ਵੀ ਥੋੜ੍ਹੀ ਥੋੜ੍ਹੀ ਇੰਪਰੂਵ ਕਰਨੀ ਸ਼ੁਰੂ ਹੋਏਗੀ। ਅਤੇ ਪਹਿਲਾਂ ਤਾਂ ਸਾਨੂੰ ਇਹ ਡਿਫਾਈਨ ਕਰਨਾ ਇਜ਼ ਵੈਰੀ ਇੰਪੋਰਟੈਂਟ ਕਿ ਇਹਨਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਟਾਈਪ 2 ਹੈ। ਜੀ, ਇੱਕ ਹੋਰ ਸਵਾਲ ਜਾਣਾਂਗੇ, ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੇਰਾ ਨਾਮ ਬੋੜ ਸਿੰਘ ਹੈ। ਹਾਂਜੀ, ਮੈਂ 5 ਗ੍ਰਾਈ ਕਲਾਂ ਤੋਂ ਗੱਲ ਕਰਦਾ ਜੀ। ਹਾਂਜੀ, ਮੇਰੀ ਛੋਟੀ ਭੈਣ ਨੂੰ ਸ਼ੂਗਰ ਆ ਜੀ, ਤੇ ਉਹਦੀ ਉਮਰ ਸਿਰਫ 13 ਸਾਲ ਹੈ ਜੀ। ਜੀ ਹੈਲੋ। ਤੇ ਉਹਨੂੰ ਮਤਲਬ ਬਹੁਤ ਉਹਨਾਂ ਦੀ ਸਕਿਨ ਵੀ ਜੇ ਜ਼ਖਮ ਹੋ ਜੇ ਤਾਂ ਠੀਕ ਨਹੀਂ ਹੁੰਦਾ, ਤੇ ਛੋਟੀ ਉਮਰ ਆ, ਤੇ ਮਤਲਬ ਕੀ ਸੁਝਾਅ ਅਸੀਂ ਕੀ ਪਹਿਲੇ ਪਰਹੇਜ਼ ਵਰਤੀਏ ਜੀ? ਹਾਂਜੀ, ਤੇ ਇੱਕ ਮੇਰੀ ਮੋਮ ਨੂੰ ਵੀ ਸ਼ੂਗਰ ਆ ਜੀ। ਠੀਕ ਹੈ ਡਾਕਟਰ ਸਾਹਿਬ, ਇੰਨੀ ਛੋਟੀ ਉਮਰ ਦੇ ਵਿੱਚ ਸ਼ੂਗਰ ਦਾ ਹੋਣਾ ਬਹੁਤ ਵੱਡੀ ਚਿੰਤਾ ਵਾਲੀ ਗੱਲ ਵੀ ਹੈ, ਲੇਕਿਨ ਇਸ ਦਾ ਕੀ ਕਾਰਨ ਹੋ ਸਕਦਾ, ਇਲਾਜ ਕੀ ਹੈ? ਉਹੀ ਆਪਾਂ ਉਹੀ ਇਹਨਾਂ ਦੇ ਵੀ ਵਿੱਚ ਉਹੀ ਦੇਖਾਂਗੇ। ਇੰਨੀ ਛੋਟੀ ਉਮਰ ਹੈ ਤੇ ਆਪਾਂ ਵੀ ਵਿਲ ਸਸਪੈਕਟ ਇਹੀ ਕਰਾਂਗੇ ਕਿ ਇਹਨਾਂ ਨੂੰ ਟਾਈਪ 1 ਡਾਇਬਟੀਜ਼ ਹੈ। ਇਹ ਅਨਕੰਟਰੋਲਡ ਰਹੇਗੀ ਜੇ ਇੰਨੀ ਛੋਟੀ ਉਮਰ 'ਚ, ਤੇ ਇਹਨਾਂ ਨੂੰ ਬਹੁਤ ਲਾਜ਼ਮੀ ਹੈ ਕਿ ਬਹੁਤ ਲਾਜ਼ਮੀ ਹੈ ਕਿ ਇਹਨਾਂ ਨੂੰ ਕੋਈ ਨਾ ਕੋਈ ਇਨਫੈਕਸ਼ਨ ਹੁੰਦੀ ਰਹੇਗੀ, ਕੋਈ ਨਾ ਕੋਈ ਪ੍ਰੋਬਲਮ ਰਹੇਗੀ, ਕਿਉਂਕਿ ਸ਼ੂਗਰ ਜੇ ਕੰਟਰੋਲ ਨਹੀਂ ਹੈ, ਜੇ ਪਤਾ ਵੀ ਨਹੀਂ ਲੱਗ ਰਿਹਾ ਕਿ ਕਿਹੜੇ ਟਾਈਪ ਦੀ ਸ਼ੂਗਰ ਹੈ, ਤੇ ਫਿਰ ਇਹਨਾਂ ਨੂੰ ਬਹੁਤ ਇੱਕ ਪ੍ਰੋਬਲਮ ਰਹੇਗੀ। ਅਤੇ ਪਹਿਲਾਂ ਆਪਾਂ ਨੂੰ ਡਿਸਾਈਡ ਕਰਨਾ ਹੈ ਕਿ ਕਿਹੜੇ ਟਾਈਪ ਦੀ ਸ਼ੂਗਰ ਹੈ, ਉਸ ਹਿਸਾਬ ਨਾਲ ਸਾਨੂੰ ਮੈਡੀਕੇਸ਼ਨ ਜਾਂ ਇਨਸੁਲਿਨ ਜੋ ਵੀ ਇਹਨਾਂ ਦੇ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਆਪਾਂ ਪ੍ਰੋਸੀਡ ਕਰਾਂਗੇ। ਅਤੇ ਜਦੋਂ ਇਹਨਾਂ ਦੀ ਸ਼ੂਗਰ ਕੰਟਰੋਲ ਹੋਏਗੀ, ਡੈਫੀਨੇਟਲੀ ਇਹਨਾਂ ਦੇ ਜਿਹੜੇ ਜ਼ਖਮ ਹੈ, ਜਿਹੜੇ ਵੀ ਇਹਨਾਂ ਨੂੰ ਪ੍ਰੋਬਲਮਸ ਇਹਨਾਂ ਨੇ ਦੱਸੀ ਹੈ ਕਿ ਬੱਚੀ ਨੂੰ ਆ ਰਹੀ ਹੈ, ਇਹ ਫਿਰ ਉਹਦੇ ਹਿਸਾਬ ਨਾਲ ਹੀ ਪ੍ਰੋਪਰਲੀ ਕੰਟਰੋਲਡ ਹੋਏਗੀ ਅਤੇ ਠੀਕ ਹੋਏਗੀ। ਪਰ ਪਹਿਲਾਂ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਟਾਈਪ ਦੀ ਇਹਨਾਂ ਨੂੰ ਸ਼ੂਗਰ ਹੈ ਬੱਚੀ ਨੂੰ। ਜੇ ਮੋਸਟ ਕਾਮਨ ਇਹਨਾਂ ਦੀ 13 ਈਅਰਸ ਏਜ ਹੈ, ਅਤੇ ਵੀ ਆਰ ਗੋਇੰਗ ਟੂ ਸਸਪੈਕਟ ਟਾਈਪ 1 ਡਾਇਬਟੀਜ਼ ਓਨਲੀ। ਜੀ ਡਾਕਟਰ ਸਾਹਿਬ, ਇੱਕ ਹੋਰ ਇੰਪੋਰਟੈਂਟ ਸਵਾਲ ਹੈ ਕਿ ਜੇਕਰ ਇੰਨੀ ਛੋਟੀ ਉਮਰ ਦੇ ਵਿੱਚ ਸ਼ੂਗਰ ਦਾ ਹੋਣਾ ਤਾਂ ਕੀ ਫਿਰ ਉਸ ਪੇਸ਼ੈਂਟ ਨੂੰ ਲਾਈਫ ਟਾਈਮ ਜਿਹੜਾ ਮੈਡੀਸਿਨ ਦੇ ਸਹਾਰੇ ਰੱਖਿਆ ਜਾਂਦਾ, ਜਾਂ ਫਿਰ ਇਸਦਾ ਕੋਈ ਹੋਰ ਬਿਹਤਰ ਇਲਾਜ ਵੀ ਹੈ? ਦੇਖੋ, ਟਾਈਪ 1 ਡਾਇਬਟੀਜ਼ ਦਾ ਹਾਲੇ ਸਾਡੇ ਕੋਲ ਇਲਾਜ ਖਾਲੀ ਇਨਸੁਲਿਨ ਹੀ ਹੈ, ਜਿਹੜਾ ਇਨਸੁਲਿਨ ਹੀ ਬਹੁਤ ਜ਼ਿਆਦਾ ਇਹਦੇ 'ਚ ਆਪਾਂ ਯੂਜ਼ ਕਰਦੇ ਹਾਂ। ਪਹਿਲਾਂ ਸਾਡੇ ਕੋਲ ਥੋੜ੍ਹੀ ਜਿਹੀ ਸਟੱਡੀਜ਼ ਆਈ ਸੀ ਜਿਹਦੇ 'ਚ ਸਟੈਮ ਸੈੱਲ ਥੈਰੇਪੀ ਨੂੰ ਯੂਜ਼ ਕੀਤਾ ਗਿਆ ਸੀ, ਪਰ ਉਹ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੋ ਪਾਇਆ। ਬਾਕੀ ਫਰਦਰ ਸਟੱਡੀਜ਼ ਐਂਡ ਰਿਸਰਚਿਜ਼ ਆ ਰਹੀਆਂ ਕਿ ਕੀ ਆਪਾਂ ਇਨਸੁਲਿਨ ਤੋਂ ਇਲਾਵਾ ਵੀ ਯੂਜ਼ ਕਰ ਸਕਦੇ ਹਾਂ, ਉਹ ਹਾਲੇ ਪ੍ਰੋਸੈਸ 'ਚ ਹੈ। ਜਿਹੜੇ ਅਦਰ ਸਟੱਡੀਜ਼ ਜਿਹੜੀ ਸਾਡੇ ਕੋਲ ਆ ਰਹੀਆਂ ਨੇ, ਹਾਲੇ ਉਹ ਮਾਰਕੀਟ 'ਚ ਇੰਨੀ ਜ਼ਿਆਦਾ ਸਕਸੈਸਫੁਲ ਨਹੀਂ ਹੋਈ ਜਿੰਨੀ ਵੀ ਆਪਾਂ ਯੂਜ਼ ਕੀਤੀ ਹੈ, ਫੋਰ ਐਗਜ਼ਾਮਪਲ ਸਟੈਮ ਸੈੱਲ ਥੈਰੇਪੀ। ਜੀ ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਛੋਟੇ ਬੱਚਿਆਂ ਦੇ ਵਿੱਚ ਸ਼ੂਗਰ ਦੇ ਕੇਸਿਸ ਵੱਧਦੇ ਜਾ ਰਹੇ ਨੇ, ਕੀ ਇਸ ਦੇ ਪਿੱਛੇ ਜੈਨੇਟਿਕ ਕਾਰਨ ਹੋ ਸਕਦਾ ਹੈ? ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ, ਜੈਨੇਟਿਕ ਕਾਰਨ ਹੋ ਸਕਦਾ ਹੈ। ਇੱਕ ਜੈਨੇਟਿਕ ਬਿਮਾਰੀਆਂ ਜਦੋਂ ਐਸੋਸੀਏਟਡ ਹੁੰਦੀ ਹੈ, ਉਹ ਬੱਚਿਆਂ 'ਚ ਟਾਈਪ 1 ਤੋਂ ਇਲਾਵਾ ਟਾਈਪ 2 ਹੁੰਦੀ ਹੈ, ਉਹ ਵੀ ਐਸੋਸੀਏਟ ਹੋ ਸਕਦੀ ਹੈ। ਮਤਲਬ ਅਰਲੀ ਟਾਈਪ 2 ਜਿਹੜਾ ਆਪਾਂ ਐਡਲਟਸ 'ਚ ਦੇਖਦੇ ਹਾਂ, ਉਹ ਸਾਨੂੰ ਛੋਟੇ ਬੱਚਿਆਂ ਤੋਂ ਵੀ ਟਾਈਪ 2 ਡਾਇਬਟੀਜ਼ ਵੀ ਮਿਲ ਸਕਦਾ ਹੈ। ਉਹ ਜਨਰਲੀ ਬੜਾ ਸਟਰੋਂਗ ਜੈਨੇਟਿਕ ਐਸੋਸੀਏਸ਼ਨ ਹੁੰਦਾ,
ਉਹਨੂੰ ਆਪਾਂ MODY ਕਹਿੰਦੇ ਹਾਂ, ਮੈਚੋਰਿਟੀ ਔਨਸੈਟ ਡਾਇਬਟੀਜ਼ ਇਨ ਯੰਗ। ਇਹ ਇੱਕ ਵੇਰੀਐਂਟ ਹੁੰਦਾ ਜਿਹੜਾ ਛੋਟੇ ਯੰਗ ਬੱਚਿਆਂ 'ਚ ਜਾਂ ਯੰਗ ਬੱਚਿਆਂ 'ਚ ਟਾਈਪ 2 ਡਾਇਬਟੀਜ਼ ਸਾਨੂੰ ਦੇਖਿਆ ਜਾਂਦਾ। ਇਹਨਾਂ 'ਚ ਬਹੁਤ ਸਟਰੋਂਗ ਜੈਨੇਟਿਕ ਜਿਹੜੀ ਹੈ ਡਾਇਬਟੀਜ਼ ਦੀ ਐਸੋਸੀਏਸ਼ਨ ਹੁੰਦੀ ਹੈ। ਡਾਇਬਟੀਜ਼ ਚੱਲਦਾ ਆ ਰਿਹਾ ਹੁੰਦਾ ਪੂਰੀ ਫੈਮਿਲੀ 'ਚ, ਅਤੇ ਇਹ ਪ੍ਰੋਬਲਮ ਬਿਲਕੁਲ ਤੁਸੀਂ ਸਹੀ ਕਿਹਾ ਹੁੰਦਾ ਜੀ। ਠੀਕ ਹੈ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਜਾਣਾਂਗੇ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਗੁਰਚਰਨ ਸਿੰਘ ਬੋਲ ਰਹੀ ਹਾਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਬੇਟੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਜੀ। ਜੀ, ਉਮਰ ਕੀ ਹੈ ਉਹਨਾਂ ਦੀ? 17 ਸਾਲ ਦੀ ਉਮਰ ਹੈ ਜੀ। ਜੀ ਠੀਕ ਹੈ, ਤਾਂ ਫਿਰ ਤੁਹਾਡਾ ਸਵਾਲ ਕੀ ਹੈ? ਤੁਸੀਂ ਉਹਨਾਂ ਨੂੰ ਮੈਡੀਸਿਨ ਸ਼ੁਰੂ ਕਰਵਾਈ ਜਾਂ ਫਿਰ ਕੀ ਦਿੱਕਤ ਆ ਰਹੀ ਹੈ? ਮੈਡੀਸਿਨ ਕਰਵਾਈ ਹੈ ਤਾਂ ਨਾ ਸ਼ੂਗਰ ਕਈ ਵਾਰ ਵੱਧ ਜਾਂਦਾ ਤੇ ਕਈ ਵਾਰ ਘਟ ਜਾਂਦਾ ਜੀ। ਜੀ ਤੇ ਪ੍ਰੋਪਰ ਨਹੀਂ ਜਾਨੀ ਮਤਲਬ ਰਹਿ ਰਿਹਾ, ਜੇ ਤਾਂ ਵਧੀ ਜਾਵੇ ਤਾਂ ਸਰੀ ਵਧ ਰਿਹਾ ਹੈ, ਜਾਂ ਘਟੇ ਜਾਵੇ ਤਾਂ ਘਟ ਰਿਹਾ, ਲੇਕਿਨ ਕਦੇ ਘਟ ਜਾਂਦਾ ਕਦੇ ਵੱਧ ਜਾਂਦਾ ਜੀ। ਜੀ ਠੀਕ ਹੈ, ਡਾਕਟਰ ਸਾਹਿਬ ਕੀ ਕਾਰਨ ਹੋ ਸਕਦਾ ਇਸ ਦਾ? ਡੈਫੀਨੇਟਲੀ ਉਹੀ ਸਾਨੂੰ ਪਹਿਲਾਂ ਦੇਖਣਾ ਪਏਗਾ ਕਿ ਇਹ ਟਾਈਪ 1 ਸ਼ੂਗਰ ਹੈ ਜਾਂ ਟਾਈਪ 2 ਸ਼ੂਗਰ ਹੈ। ਅੱਜ ਕੱਲ੍ਹ ਹੋਰ ਇਹਨੂੰ ਜਿੱਦਾਂ ਬਹੁਤ ਸਾਰੇ ਕਾਲਰਸ ਨੇ ਇੱਕ ਇਹ ਪ੍ਰੋਬਲਮ ਸਾਨੂੰ ਦੱਸੀ ਹੈ ਕਿ ਸ਼ੂਗਰ ਕਈ ਵਾਰੀ ਬਹੁਤ ਵੱਧ ਜਾਂਦੀ ਹੈ, ਕਈ ਵਾਰੀ ਬਹੁਤ ਘੱਟ ਜਾਂਦੀ ਹੈ, ਅਤੇ ਸਾਡੇ ਕੋਲ ਇੱਕ ਡਿਵਾਈਸ ਵੀ ਆਉਂਦੀ ਹੈ ਉਹਨੂੰ ਆਪਾਂ ਕਹਿੰਦੇ 24-hour ਐਂਬੂਲੇਟਰੀ ਸ਼ੂਗਰ ਮੋਨੀਟਰਿੰਗ। ਉਹਦੇ ਨਾਲ ਆਪਾਂ 24 ਘੰਟੇ ਇੱਕ ਡਿਵਾਈਸ ਲੱਗ ਜਾਂਦੀ ਹੈ ਸਾਡੀ ਆਮ 'ਚ, ਜਿਹੜੀ 24 ਘੰਟੇ ਦੀ ਸ਼ੂਗਰ ਦੀ ਮੋਨੀਟਰਿੰਗ ਕਰ ਸਕਦੀ ਹੈ। ਆਪਾਂ ਉਹ ਵੀ ਇੱਦਾਂ ਦੇ ਪੇਸ਼ੈਂਟ ਜਿਨ੍ਹਾਂ ਦੀ ਸ਼ੂਗਰ ਕਦੇ ਬਹੁਤ ਜ਼ਿਆਦਾ ਵੱਧ ਰਹੀ ਹੈ ਕਦੇ ਘੱਟ ਰਹੀ ਹੈ, ਆਪਾਂ ਉਹ ਬਿਲਕੁਲ ਕਰਵਾ ਕੇ ਸਾਨੂੰ ਇੱਕ ਆਈਡੀਆ ਹੋ ਜਾਏਗਾ ਕਿ ਕਿਹੜੇ ਟਾਈਮ 'ਚ ਸ਼ੂਗਰ ਇਹਨਾਂ ਦੀ ਵੱਧ ਰਹੀ ਹੈ ਕਦੇ ਘੱਟ ਰਹੀ ਹੈ, ਕਿਹੜੀ ਮੈਡੀਕੇਸ਼ਨਸ ਉਹਨਾਂ ਦੀ ਇਹਨਾਂ ਦੀ ਸ਼ੂਗਰ ਨੂੰ ਕਿੱਦਾਂ ਅਫੈਕਟ ਕਰ ਰਹੀ ਹੈ, ਉਹ ਆਪਾਂ ਕਰਾ ਕੇ ਦੇਖ ਸਕਦੇ ਹਾਂ। ਇਹ ਇੱਕ ਮੇਰਾ ਇੱਕ ਸੁਝਾਵ ਰਹੇਗਾ ਉਹਨਾਂ ਪੇਸ਼ੈਂਟਸ ਨੂੰ ਜਿਹੜਾ ਨੇ ਦੱਸਿਆ ਕਿ ਉਹਨਾਂ ਦੀ ਸ਼ੂਗਰ ਇੱਕਦਮ ਕਦੇ ਘੱਟਦੀ ਹੈ ਕਦੇ ਵੱਧਦੀ ਹੈ, ਆਪਾਂ 24-hour ਐਂਬੂਲੇਟਰੀ ਸ਼ੂਗਰ ਮੋਨੀਟਰਿੰਗ ਕਰਾ ਸਕਦੇ ਹਾਂ ਉਹਨਾਂ ਪੇਸ਼ੈਂਟਸ 'ਚ। ਜੀ ਠੀਕ ਹੈ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਜਾਣਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਮੈਂ ਰਾਮਪੁਰਾ ਫੂਲ ਤੋਂ ਬੋਲ ਰਿਹਾ ਜੀ। ਸਰ ਮੇਰਾ ਸਵਾਲ ਇਹ ਸੀ ਜੀ, ਡਾਇਬਟੀਜ਼ ਨਾਲ ਜਦੋਂ ਕੋਈ ਮਰੀਜ਼ ਪੀੜਿਤ ਹੁੰਦਾ ਜੀ, ਜਿਵੇਂ ਡਾਕਟਰ ਸਾਹਿਬ ਰਿਕਮੈਂਡ ਕਰਦੇ ਨੇ ਜੀ ਕਿ ਫੈਟ ਵੀ ਤੁਸੀਂ ਲੋ, ਦੇਸੀ ਘਿਓ ਵੀ ਥੋੜ੍ਹਾ ਖਾਂਦੇ ਰਹੋ ਜਾਂ ਰੋਟੀ ਚੋਪੜ ਕੇ ਖਾਓ, ਇਹਦੇ ਨਾਲ ਇੱਕੋਦਮ ਸ਼ੂਗਰ ਸਪਾਈਕਸ ਨਹੀਂ ਹੁੰਦੀ ਬਾਡੀ ਦੇ ਵਿੱਚ, ਜਾਂ ਜਿਵੇਂ ਦੱਸਦੇ ਨੇ ਜੀ ਮਲਟੀਗ੍ਰੇਨ ਆਟੇ ਦੇ ਵਿੱਚ ਸੋਇਆਬੀਨ ਲਓ, ਬਾਜਰੇ ਦਾ ਆਟਾ ਲਓ, ਜਾਂ ਜਿਵੇਂ ਤੁਸੀਂ ਦੱਸ ਰਹੇ ਹੋ ਜੀ ਕਿ ਤੁਲਸੀ ਪੱਤਾ ਜਾਂ ਕੜੀ ਪੱਤਾ ਵਗੈਰਾ ਲੈਣ ਨਾਲ ਵੀ ਸ਼ੂਗਰ ਨੂੰ ਫਰਕ ਪੈਂਦਾ। ਸਰ ਮੈਂ ਜਿਵੇਂ ਫੈਟੀ ਲੀਵਰ ਵਾਸਤੇ ਸੈਰਾਗਲੀਟਾਜ਼ੋਰ ਇੱਕ ਮੈਡੀਸਿਨ ਸ਼ੁਰੂ ਕੀਤੀ ਸੀ ਜੀ, ਉਹਦੇ ਨਾਲ ਜਿਵੇਂ ਮੈਨੂੰ ਲੱਗਦਾ ਜੀ ਕਿ ਥੋੜ੍ਹਾ ਬਹੁਤ ਮੇਰਾ ਸ਼ੂਗਰ ਸਹੀ ਰਹਿਣ ਲੱਗ ਗਿਆ ਜੀ, ਪਹਿਲਾਂ ਨਾਲੋਂ ਘੱਟ ਗਿਆ ਸ਼ੂਗਰ, ਜਿਹੜੀ ਮੈਂ ਜਿਵੇਂ ਗਲਿੰਪਰਾਈਡ 1 ਮੈਡੀਸਿਨ ਖਾਂਦਾ ਸੀ, ਪਹਿਲਾਂ ਮੇਰੀ 3 ਸੀ ਜੀ, ਫਿਰ 2 ਆ ਗਈ ਗਲਿੰਪਰਾਈਡ, ਫਿਰ ਹੁਣ ਗਲਿੰਪਰਾਈਡ 1 ਆ, ਅਤੇ ਇਹਦੇ ਨਾਲ ਵੀ ਮੈਨੂੰ ਲੱਗਦਾ ਜੀ ਵੀ ਸ਼ਾਇਦ ਉਹ ਵੀ ਮੈਨੂੰ ਅੱਧੀ ਲੈਣੀ ਪਏਗੀ। ਕੀ ਇਹ ਸਹੀ ਹੈ ਜੀ ਕਿ ਜੇ ਫੈਟੀ ਲੀਵਰ ਥੋੜ੍ਹਾ ਜਿਹਾ ਸਹੀ ਹੋ ਜਾਂਦਾ ਤਾਂ ਸ਼ੂਗਰ ਲੈਵਲ ਵੀ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਜੇ, ਜਾਂ ਜੇ ਆਪਾਂ ਵੇਟ ਘਟਾ ਲੈਂਦੇ ਹਾਂ ਤਾਂ ਇਹਦੇ ਨਾਲ ਵੀ ਕਾਫੀ ਹੱਦ ਤੱਕ ਆਰਾਮ ਮਿਲਦਾ ਜੀ? ਜੀ ਅਤੇ ਜਿੰਨਾ ਕੁ ਮੈਂ ਤੁਹਾਡਾ ਸਵਾਲ ਸਮਝ ਪਾਇਆ, ਉਹਦੇ 'ਚ ਮੇਨ ਤੁਹਾਨੂੰ ਫੈਟੀ ਲੀਵਰ ਦੀ ਡਾਇਬਟੀਜ਼ ਦੇ ਨਾਲ ਨਾਲ ਤੁਹਾਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ,
ਤੇ ਜਨਰਲੀ ਫੈਟੀ ਲੀਵਰ ਜਿਹੜਾ ਆਪਾਂ ਓਬੈਸਿਟੀ ਦੇ ਨਾਲ ਦੇਖਦੇ ਹਾਂ, ਮੋਟਾਪੇ ਦੇ ਨਾਲ ਦੇਖਦੇ ਹਾਂ, ਅਤੇ ਜਿਹੜੇ ਪੇਸ਼ੈਂਟ ਨੂੰ ਕੋਲੈਸਟ੍ਰੋਲ ਜ਼ਿਆਦਾ ਰਹਿੰਦਾ ਉਹਨਾਂ 'ਚ ਆਪਾਂ ਇਹ ਫੈਟੀ ਲੀਵਰ ਦੇਖਦੇ ਹਾਂ। ਅਤੇ ਜਿੱਦਾਂ ਤੁਸੀਂ ਖੁਦ ਹੀ ਕਿਹਾ, ਵੇਟ ਲੋਸ ਜੇ ਤੁਸੀਂ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ, ਉਹ ਤੁਹਾਡੀ ਸ਼ੂਗਰ ਨੂੰ ਵੀ ਕੰਟਰੋਲ ਕਰੇਗਾ, ਜੇ ਤੁਹਾਡਾ ਬੀ ਪੀ ਵੀ ਵੱਧ ਰਿਹਾ ਉਹਨੂੰ ਵੀ ਕੰਟਰੋਲ ਕਰੇਗਾ। ਵੇਟ ਲੋਸ ਇਜ਼ ਵੈਰੀ ਇੰਪੋਰਟੈਂਟ, ਇਹ ਬਹੁਤ ਇੰਪੋਰਟੈਂਟ ਰੋਲ ਪਲੇਅ ਕਰਦਾ ਹੈ। ਜਿਹੜਾ ਤੁਸੀਂ ਮੈਡੀਕੇਸ਼ਨ ਵੀ ਲੈ ਰਹੇ ਹੋ ਪਾਇਓਗਲਿਟਾਜ਼ੋਨ, ਉਹ ਆਪਾਂ ਸਪੈਸ਼ਲੀ ਫੈਟੀ ਲੀਵਰ 'ਚ ਯੂਜ਼ ਕਰਨੇ ਹਾਂ, ਅਤੇ ਉਹਦੇ ਬੈਨੀਫਿਟ ਵੀ ਹੁੰਦੇ ਆ ਫੈਟੀ ਲੀਵਰ 'ਚ, ਅਤੇ ਤਾਂ ਹੀ ਤੁਹਾਡਾ ਜਿਹੜਾ ਫੈਟੀ ਲੀਵਰ ਵੀ ਹੈ ਹੌਲੀ ਹੌਲੀ ਵਿਦ ਵੇਟ ਲੋਸ ਐਂਡ ਵਿਦ ਦ ਮੈਡੀਕੇਸ਼ਨ ਐਂਡ ਪ੍ਰੋਪਰ ਸ਼ੂਗਰ ਕੰਟਰੋਲ ਬਿਲਕੁਲ ਠੀਕ ਹੋਏਗਾ। ਅਤੇ ਇਹ ਫੈਟੀ ਲੀਵਰ ਜਿਹੜੀ ਹੈ ਸ਼ੂਗਰ ਦੀ ਵੀ ਆਪਣੀ ਵੀ ਇੱਕ ਕੰਪਲੀਕੇਸ਼ਨ ਹੈ, ਓਬੈਸਿਟੀ ਦੇ ਨਾਲ ਨਾਲ ਇਹ ਸ਼ੂਗਰ ਦੀ ਵੀ ਕੰਪਲੀਕੇਸ਼ਨ ਹੈ। ਅਤੇ ਜੇ ਆਪਾਂ ਵੇਟ ਲੋਸ ਕਰਾਂਗੇ ਤਾਂ ਸ਼ੂਗਰ 'ਤੇ ਕੰਟਰੋਲ ਹੋਏਗੀ ਹੈ, ਅਤੇ ਨਾਲ ਨਾਲ ਫੈਟੀ ਲੀਵਰ ਨੂੰ ਬਿਲਕੁਲ ਹੈਲਪ ਮਿਲੇਗੀ। ਅਤੇ ਤੁਸੀਂ ਜਿਹੜੀ ਮੈਡੀਕੇਸ਼ਨ ਲੈ ਰਹੇ ਉਹਨੂੰ ਕੰਟੀਨਿਊ ਕਰੋ, ਹੌਲੀ ਹੌਲੀ ਜਦੋਂ ਸ਼ੂਗਰ ਕੰਟਰੋਲ ਹੋਏਗੀ, ਵੇਟ ਲੋਸ ਪ੍ਰੋਪਰ ਹੋਏਗਾ, ਤੁਹਾਡੀ ਲਾਈਫ ਸਟਾਈਲ ਹੋਰ ਬੈਟਰ ਹੋ ਜਾਏਗਾ, ਅਤੇ ਡੈਫੀਨੇਟਲੀ ਤੁਹਾਨੂੰ ਵਧੀਆ ਰਿਜ਼ਲਟਸ ਬੈਨੀਫਿਟ ਮਿਲਣਗੇ। ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਦਰਸ਼ਕਾਂ ਦੇ ਬਹੁਤ ਸਾਰੇ ਡਾਊਟਸ ਨੇ, ਇੱਕ ਡਾਊਟਸ ਮੈਂ ਵੀ ਜ਼ਰੂਰ ਦਰਸ਼ਕਾਂ ਦੇ ਵੱਲੋਂ ਜਿਹੜਾ ਕਲੀਅਰ ਕਰਨਾ ਚਾਹਾਂਗੀ, ਕਿਉਂਕਿ ਇੱਕ ਕਾਲਰ ਦਾ ਸਾਡੇ ਕੋਲ ਸਵਾਲ ਜ਼ਰੂਰ ਆਇਆ ਸੀ ਕਿ ਉਹਨਾਂ ਨੂੰ ਹਮੇਸ਼ਾ ਜਿਹੜੀ ਹੈ ਕਨਫਿਊਜ਼ਨ ਰਹਿੰਦੀ ਹੈ, ਕਿਉਂਕਿ ਉਹਨਾਂ ਨੇ ਇੱਕ ਤੋਂ ਦੋ ਡਾਕਟਰ ਜਿਹੜੇ ਬਦਲੇ, ਪਹਿਲੇ ਡਾਕਟਰ ਦੇ ਵੱਲੋਂ ਇਨਸੁਲਿਨ ਦੀ ਜਿਹੜੀ ਹੈ ਉਹਨਾਂ ਨੂੰ ਲਗਾਇਆ ਗਿਆ, ਲੇਕਿਨ ਦੂਜੇ ਡਾਕਟਰ ਨੇ ਉਹੀ ਹਟਾ ਕੇ ਦਵਾਈ ਦਿੱਤੀ, ਤਾਂ ਜਿਹੜੇ ਮਰੀਜ਼ ਨੇ ਉਹ ਜ਼ਿਆਦਾਤਰ ਕਨਫਿਊਜ਼ਨ ਦੇ ਵਿੱਚ ਨੇ ਕਿ ਇਸ ਦਾ ਕਾਰਨ ਹੋ ਸਕਦਾ ਮਰੀਜ਼ਾਂ ਨੂੰ ਕਿਉਂ, ਪੇਸ਼ੈਂਟਸ ਨੂੰ ਜਿਹੜੀ ਉਹ ਦਵਾਈ ਨਹੀਂ ਲੱਗਦੀ, ਸੂਟੇਬਲ ਕਿਉਂ ਨਹੀਂ ਹੁੰਦੀ, ਕੀ ਕਾਰਨ ਨੇ? ਦੇਖੋ ਪਹਿਲੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਇਨਸੁਲਿਨ ਜਿਹੜਾ ਸ਼ੁਰੂ ਕਰਨ ਦਾ ਗਾਈਡਲਾਈਨ ਹੁੰਦੀ ਹੈ ਕਿ ਇਸ ਲੈਵਲ ਤੋਂ ਬਾਅਦ ਹੀ ਆਪਾਂ ਇਨਸੁਲਿਨ ਸ਼ੁਰੂ ਕਰੀਏ, ਉਸ ਤੋਂ ਪਹਿਲਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਓਰਲ ਟੈਬਲੇਟ ਨਾਲ ਹੀ ਪੇਸ਼ੈਂਟ ਨੂੰ ਕੰਟਰੋਲ ਕੀਤਾ ਜਾਂਦਾ। ਬਟ ਜਿੰਨੀ ਵੀ ਕੰਪਲੀਕੇਸ਼ਨਸ ਹੁੰਦੀਆਂ ਪੇਸ਼ੈਂਟਸ ਦੀਆਂ, ਜੇ ਕਿਡਨੀ ਇਨਵੋਲਵ ਹੈ ਜਾਂ ਲਿਵਰ ਨੂੰ ਕੋਈ ਪ੍ਰੋਬਲਮ ਹੈ ਜਾਂ ਪੇਸ਼ੈਂਟ ਦਾ ਪੇਟ ਜਨਰਲੀ ਖਰਾਬ ਰਹਿੰਦਾ, ਜਿੱਦਾਂ ਲੂਜ਼ ਮੋਸ਼ਨ ਲੱਗਦੇ ਜਾਂ ਕੌਨਸਟੀਪੇਸ਼ਨ ਲੈਂਦਾ, ਅਤੇ ਉਹਨਾਂ ਲਈ ਇਹ ਦਵਾਈਆਂ ਪਹੁੰਚਾਉਣੀਆਂ ਵੀ ਥੋੜ੍ਹੀ ਔਖੀ ਹੋ ਜਾਂਦੀ ਹੈ। ਅਤੇ ਡਾਕਟਰਸ ਆਪਾਂ ਵੀ ਟਰਾਈ ਕਰਦੇ ਹਾਂ ਕਿ ਜਿੰਨੀ ਦੇਰ ਤੱਕ ਪੇਸ਼ੈਂਟ ਕੰਫਰਟੇਬਲ ਰਹੇ ਓਰਲ ਮੈਡੀਕੇਸ਼ਨ 'ਤੇ ਆਪਾਂ ਟਰਾਈ ਕਰਦੇ ਹਾਂ। ਜੇ ਪੇਸ਼ੈਂਟ ਕੰਫਰਟੇਬਲ ਨਹੀਂ ਹੈ ਜਾਂ ਉਹਦੀ ਸ਼ੂਗਰ ਪ੍ਰੋਪਰ ਕੰਟਰੋਲ ਨਹੀਂ ਹੋ ਰਹੀ, ਅਤੇ ਜਾਂ ਉਹਦੀ HbA1c ਸਾਡਾ ਇੱਕ ਗਾਈਡਲਾਈਨ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹਾਇਰ ਸਾਈਡ ਹੈ, ਅਤੇ ਸਾਨੂੰ ਇਨਸੁਲਿਨ ਇੰਡੀਕੇਸ਼ਨ ਸਾਡੀ ਬਣ ਜਾਂਦੀ ਹੈ, ਫਿਰ ਆਪਾਂ ਉਸ ਹਿਸਾਬ ਨਾਲ ਇਨਸੁਲਿਨ ਐਡਵਾਈਸ ਕਰਦੇ ਹਾਂ। ਅਤੇ ਉਹ ਵੀ ਇੱਦਾਂ ਨਹੀਂ ਹੈ ਕਿ ਉਹ ਪਰਮਾਨੈਂਟ ਹੀ ਲੱਗ ਜਾਏਗੀ, ਜਿੱਦਾਂ ਮੈਂ ਪਹਿਲਾਂ ਕਿਹਾ ਆਪਾਂ ਇਹਨੂੰ ਹੌਲੀ ਹੌਲੀ ਟੇਪਰ ਔਫ ਕਰ ਸਕਦੇ ਹਾਂ। ਉਹ ਬਿਕੋਜ਼ ਉਹੀ ਗੱਲ ਹੈ, ਡਾਇਬਿਟੀਜ਼ ਇੱਕ ਲਾਈਫ ਸਟਾਈਲ ਬਿਮਾਰੀ ਹੈ, ਹੌਲੀ ਹੌਲੀ ਜੇ ਪੇਸ਼ੈਂਟ ਦਾ ਲਾਈਫ ਸਟਾਈਲ ਬੈਟਰ ਹੋਏਗਾ, ਪੇਸ਼ੈਂਟ ਦੀ ਡਾਇਟ ਪ੍ਰੋਪਰ ਹੋਏਗੀ, ਜਾਂ ਡੈਫੀਨੇਟਲੀ ਇਨਸੁਲਿਨ ਦੀ ਰਿਕੁਆਇਰਮੈਂਟ ਹੌਲੀ ਹੌਲੀ ਕਰਕੇ ਕਮ ਹੋ ਜਾਏਗੀ, ਅਤੇ ਕਈ ਪੇਸ਼ੈਂਟ 'ਚ ਬੰਦ ਵੀ ਹੋ ਸਕਦਾ ਇਨਸੁਲਿਨ। ਜੀ ਡਾਕਟਰ ਸਾਹਿਬ, ਇੱਕ ਕਾਲਰ ਦਾ ਸਵਾਲ ਜਾਣ ਲੈਂਦੇ ਹਾਂ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ? ਜੀ ਪਹੁੰਚ ਰਹੀ ਹੈ ਮੈਡਮ ਜੀ। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ, ਕੀ ਸਵਾਲ ਦਾ ਤੁਹਾਡਾ? ਮੂਨਤ ਤੋਂ ਗੱਲ ਕਰ ਰਹੇ ਜੀ, ਡਿਸਟ੍ਰਿਕਟ ਸੰਗਰੂਰ ਤੋਂ। ਮੈਂ ਡਾਕਟਰ ਸਾਹਿਬ ਇਹ ਪੁੱਛਣਾ ਚਾਹੁੰਦਾ ਵੀ ਟਾਈਪ 1 ਦੇ ਵਿੱਚ ਦਾਲ ਚੀਨੀ ਪਾਊਡਰ ਵਾਲਾ ਕਿੰਨੀ ਮਾਤਰਾ ਦੇਣੀ ਹੈ ਜੀ, ਅਤੇ ਉਹ ਸਕਸੈਸ ਹੈਗਾ ਜੀ? ਜੀ ਹਾਂਜੀ,
ਡਾਕਟਰ ਸਾਹਿਬ, ਟਾਈਪ 1 ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਕਿ ਦਾਲਚੀਨੀ ਪਾਊਡਰ ਕਿੰਨੀ ਕੁ ਮਾਤਰਾ ਵਿੱਚ ਲਾਹੇਵੰਦ ਵੀ ਹੋ ਸਕਦਾ, ਕਿੰਨਾ ਕੁ ਦੇਣਾ ਚਾਹੀਦਾ? ਇੱਦਾਂ ਕੋਈ ਸਪੈਸੀਫਿਕ ਆਪਾਂ ਐਡਵਾਈਸ ਨਹੀਂ ਕਰਦੇ ਕਿ ਕਿੰਨਾ ਦੇਣਾ ਚਾਹੀਦਾ ਹੈ ਜਾਂ ਟਾਈਪ 2 ਵਿੱਚ ਵੀ ਦੇਣਾ ਚਾਹੀਦਾ ਹੈ। ਇਹ ਬੈਟਰ ਨਿਊਟ੍ਰੀਸ਼ਨਿਸਟ ਜਾਂ ਡਾਈਟੀਸ਼ੀਅਨਸ ਤੁਹਾਨੂੰ ਹੋਰ ਪ੍ਰੋਪਰ ਇਹਨਾਂ ਦਾ ਜਵਾਬ ਦੇ ਸਕਦੇ ਹਾਂ। ਬਟ ਜਨਰਲੀ ਆਪਾਂ ਦਾਲਚੀਨੀ ਨੂੰ ਟਾਈਪ 1 'ਚ ਬਹੁਤ ਜ਼ਿਆਦਾ ਵੀ ਯੂਜ਼ ਨਹੀਂ ਕਰਦੇ, ਇਹਦਾ ਜਿਹੜਾ ਯੂਸੇਜ ਹੈ ਟਾਈਪ 2 'ਚ ਜ਼ਿਆਦਾ ਬੈਨੀਫਿਟ ਮਿਲੇਗਾ ਐਸ ਕੰਪੇਅਰ ਟੂ ਟਾਈਪ 1 'ਚ। ਠੀਕ ਹੈ, ਤਾਂ ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਉਹਨਾਂ ਦੇ ਬਹੁਤ ਸਾਰੇ ਡਾਊਟਸ ਕਲੀਅਰ ਕੀਤੇ ਹੋਣਗੇ ਡਾਕਟਰ ਸਾਹਿਬ ਨੇ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸ਼ੋਅ ਦੇ ਲਈ, ਖਾਸ ਤੌਰ ਕਰਕੇ ਸਾਡੇ ਦਰਸ਼ਕਾਂ ਦੇ ਲਈ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿੰਨੇ ਵੀ ਦਰਸ਼ਕ ਅੱਜ ਇਹ ਪ੍ਰੋਗਰਾਮ ਸੁਣ ਰਹੇ ਸੀ ਉਹਨਾਂ ਦੇ ਬਹੁਤ ਸਾਰੇ ਡਾਊਟਸ ਜਿਹੜੇ ਆ ਕਲੀਅਰ ਹੋਏ ਹੋਣਗੇ, ਕਿਉਂਕਿ ਸ਼ੂਗਰ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਇਸ ਕਰਕੇ ਬਹੁਤ ਜ਼ਰੂਰੀ ਹੋ ਗਿਆ ਕਿ ਤੁਹਾਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ, ਕਿਉਂਕਿ ਅੱਜ ਕੱਲ੍ਹ ਜਿੰਨੇ ਵੀ ਸ਼ੂਗਰ ਕੇਸਿਸ ਵੱਧਦੇ ਜਾ ਰਹੇ ਨੇ ਛੋਟੇ ਬੱਚਿਆਂ ਦੇ ਵਿੱਚ ਵੀ ਦੇਖੇ ਜਾ ਰਹੇ ਨੇ। ਸੋ ਜਿਸ ਤਰ੍ਹਾਂ ਦੱਸਿਆ ਕਿ ਟਾਈਪ 1 ਟਾਈਪ 2 ਦੋ ਕਿਸਮਾਂ ਨੇ ਸ਼ੂਗਰ ਦੀਆਂ, ਜੇਕਰ ਸ਼ੂਗਰ ਵੱਧਦੀ ਘੱਟਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ, ਖਾਸ ਤੌਰ 'ਤੇ ਮੋਨੀਟਰਿੰਗ ਕਰਨੀ ਚਾਹੀਦੀ ਹੈ, ਜਿਸ ਤੋਂ ਬਾਅਦ ਤੁਸੀਂ ਇਸ ਰੋਗ ਤੋਂ ਰਾਹਤ ਵੀ ਪਾ ਸਕਦੇ ਹੋ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਕੇ ਵੀ। ਉਮੀਦ ਕਰਦੇ ਹਾਂ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡੇ ਡਾਊਟਸ ਕਲੀਅਰ ਹੋਣਗੇ, ਅਤੇ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਰਿਹਾ ਕਰੋ। ਇਸ ਸ਼ੋਅ ਦੇ ਜ਼ਰੀਏ ਅਸੀਂ ਅਕਸਰ ਤੁਹਾਨੂੰ ਹਰੇਕ ਬਿਮਾਰੀ ਬਾਰੇ ਜਾਗਰੂਕ ਕਰਦੇ ਹਾਂ। ਅੱਜ ਦੇ ਲਈ ਫਿਲਹਾਲ ਇੰਨਾ ਹੀ, ਅਤੇ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਅਤੇ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।